ਬੀਤੇ ਦਿਨੀ ਲੁਧਿਆਣਾ ਤੋਂ ਇੱਕ ਡਾਂਸਰ ਕੁੜੀ ਦੀ ਵੀਡੀਓ ਵਾਇਰਲ ਹੁੰਦੀ ਹੈ ਸਟੇਜ ਤੋਂ ਚੜ ਕੇ ਜੋ ਗਾਲਾਂ ਕੱਢਦੀ ਹੈ, ਤਾਂ ਉਸ ਤੋਂ ਬਾਅਦ ਉਹ ਡਾਂਸਰ ਕੁੜੀ ਕੈਮਰੇ ਸਾਹਮਣੇ ਆਉਂਦੀ ਹੈ ਤਾਂ ਸਾਰੀ ਸੱਚਾਈ ਉਹਦੇ ਵੱਲੋਂ ਦੱਸੀ ਜਾਂਦੀ ਹੈ ਕਿ ਕਿਉਂ ਉਸਦੇ ਵੱਲੋਂ ਜਿਹੜੀਆਂ ਗਾਲਾਂ ਨੇ ਕੱਢੀਆਂ ਗਈਆਂ ਨੇ, ਪਰ ਉਸ ਤੋਂ ਬਾਅਦ ਉਹਦੇ ਵੱਲੋਂ ਪੁਲਿਸ ਦੇ ਵਿੱਚ ਕੰਪਲੇਂਟ ਦਿੱਤੀ ਜਾਂਦੀ ਹੈ, ਤਾਂ ਪੁਲਿਸ ਦੇ ਵੱਲੋਂ ਵੀ ਜਲਦੀ ਹਰਕਤ ਵਿੱਚ ਆ ਕੇ ਮਾਮਲਾ ਜਿਹੜਾ ਦਰਜ ਆ ਉਹ 4 ਬੰਦਿਆਂ 'ਤੇ ਕਰ ਲਿਆ ਜਾਂਦਾ। ਤਾਂ ਹੁਣ ਜਿਹੜੇ ਔਰਗਨਾਈਜ਼ਰ ਸੀਗੇ ਜਿਹੜੇ ਸਿਮਰ ਨੂੰ ਲੈ ਕੇ ਗਏ ਸੀ, ਉਹੀ ਹੁਣ ਸਿਮਰ ਦੇ ਖਿਲਾਫ਼ ਨੇ ਉਹ ਖੜ੍ਹੇ ਹੋ ਗਏ ਨੇ, ਤਾਂ ਉਹ ਮੈਂਬਰ ਮੇਰੇ ਨਾਲ ਮੌਜੂਦ ਨੇ, ਪਹਿਲਾਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਜੋ ਅੱਜ ਸਮਰਾਲੇ ਥਾਣੇ ਪਹੁੰਚਦੇ ਨੇ, ਤਾਂ ਉੱਥੇ ਜਾ ਕੇ ਕੰਪਲੇਂਟ ਇਹ ਵੀ ਕਰਕੇ ਆਏ ਨੇ ਕਿ ਇਸ ਜਿਹੜੀ ਕਿ ਜਾਂਚ ਆ ਹੋਣੀ ਚਾਹੀਦੀ ਹੈ, ਜਿਸ ਦੀ ਗਲਤੀ ਹੈ ਉਸ 'ਤੇ ਪਰਚਾ ਦਰਜ ਹੋਣਾ ਚਾਹੀਦਾ। ਤਾਂ ਲਾਡੀ ਗਿੱਲ ਦਾ ਨਾਮ ਸਿਮਰ ਦੇ ਵੱਲੋਂ ਲਿਆ ਜਾਂਦਾ, ਬਾਈ ਜੀ ਲਾਡੀ ਗਿੱਲ ਨਾਮ ਤੁਹਾਡਾ ਹੀ ਹੈ ਜੀ? ਹਾਂਜੀ ਹਾਂਜੀ, ਮੇਰਾ ਨਾਮ। ਕੀ ਮਾਮਲਾ ਕੀ ਸੀਗਾ ਸਿਮਰ ਦਾ, ਜੋ ਸੱਚਾਈ ਸੀ ਸਾਰੇ ਸਾਹਮਣੇ ਦੱਸੀ, ਤੁਸੀਂ ਵੀ ਦੇਖ ਲਈ ਹੋਣੀ ਹੈ, ਤੇ ਤੁਸੀਂ ਕੀ ਕਹਿਣਾ ਚਾਹੁੰਦੇ, ਤੁਹਾਡਾ ਕੀ ਪੱਖ ਹੈ? ਦੇਖੋ ਜੀ, ਜੇ ਉਹ ਸਹੀ ਹੁੰਦੀ ਆਪਾਂ ਉਹਦੇ ਨਾਲ ਖੜਦੇ, ਠੀਕ ਆ, ਉਸ ਟਾਈਮ ਉਹ ਸਹੀ ਨਹੀਂ ਸੀ, ਉਸ ਕਰਕੇ ਮੈਂ ਤਾਂ ਫਿਰ ਵੀ ਉਹਦੀ ਹੈਲਪ ਕੀਤੀ ਆ, ਮੈਂ ਤਾਂ ਸਟੇਜ ਤੋਂ ਲੈ ਕੇ ਆਇਆ ਉਹਨੂੰ। ਉਹ ਕਹਿੰਦਾ ਦੀ ਔਰਗੇਨਾਈਜ਼ਰ ਹਰੇਕ ਗੱਲ 'ਚ ਉਹ ਔਰਗੇਨਾਈਜ਼ਰ ਨੂੰ ਵੜਦੀ ਆ, ਮੈਂ ਤਾਂ ਉਹਨੂੰ ਫਿਰ ਵੀ ਦਾਹਾਂ ਤੋਂ ਸਟੇਜ ਤੋਂ ਜਾ ਕੇ ਲੈ ਕੇ ਆਇਆ। ਔਰਗਨਾਈਜ਼ਰ ਨੇ ਸਾਡਾ ਪੱਖ ਨਹੀਂ ਰੱਖਿਆ, ਉਲਟਾ ਸਾਨੂੰ ਹੀ ਬੋਲਿਆ ਵੀ ਤੁਸੀਂ ਚੁੱਪ ਹੋ ਜਾਓ। ਪੱਖ ਮੈਂ ਕਿਵੇਂ ਰੱਖਾਂ ਜਦ ਪਾਰਟੀ ਸਹੀ ਆ, ਪਾਰਟੀ ਨੇ ਆਪਾਂ ਨੂੰ ਪੇਮੈਂਟ ਤੱਕ, ਮਤਲਬ ਪੇਮੈਂਟ ਆਪਾਂ ਨੂੰ ਦੇ ਦੀ ਵੀ, ਉਹ ਕਹਿੰਦੇ ਭਾਈ ਨਹੀਂ ਤੁਸੀਂ ਜਾਓ ਉਰੋਂ, ਤੁਹਾਡੇ ਤੋਂ ਨਹੀਂ ਕੰਮ ਕਰਾਉਣਾ, ਉਹਨਾਂ ਨੂੰ ਨਹੀਂ ਕੰਮ ਪਸੰਦ ਸੀਗਾ, ਉਹਨਾਂ ਨੇ ਕਹਿਤਾ ਵੀ ਤੁਸੀਂ ਸਟੇਜ ਤੋਂ ਨੀਚੇ ਜਾਓ, ਤੁਸੀਂ ਜਾਓ। ਕੰਮ ਕਿਉਂ ਨਹੀਂ ਪਸੰਦ ਸੀਗਾ ਪਾਰਟੀ? ਉਹ ਖੱਪ ਅਲਪ ਕੰਮ ਕਰਦੇ ਸੀਗੇ, ਉਹ ਨਹੀਂ ਉਹ ਕਲਚਰ ਕੰਮ ਭਾਲਦੇ ਸੀਗੇ, ਗਲਤ ਸਟੈਪ ਕਰ ਰਹੇ ਸੀਗੇ, ਉਹਨਾਂ ਨੇ ਕਹਿਤਾ ਕਿ ਨੀਚੇ ਜਾਓ, ਬੱਚਿਆਂ ਨਾਲ ਨੱਚੀ ਜਾਣਾ, ਫਿਰ ਉਹ ਬੱਚਿਆਂ ਨਾਲ ਤਾਂ ਬਾਅਦ 'ਚ ਨੱਚ ਕੇ ਵੀਡੀਓ ਬਣਾ ਲਈ, ਵੀ ਉਹਨੂੰ ਪਤਾ ਸੀ ਵੀ ਮੈਂ ਅੱਜ ਉਹਦੇ ਲੜਾਈ ਪਾਣੀ ਉਹ ਪਾਣੀ ਆ, ਬੱਚਿਆਂ ਨਾਲ ਨੱਚ ਨੱਚ ਕੇ ਵੀਡੀਓ ਬਣਾਈ ਗਈ। ਪਰ ਉਹ ਵੀਡੀਓ ਤਾਂ ਸਿਮਰ ਨੇ ਨਹੀਂ ਵਾਇਰਲ ਕੀਤੀ, ਉਹ ਤਾਂ ਤੁਹਾਡੇ ਵੱਲੋਂ ਜਾ ਕੇ ਹੋਰ ਵਾਇਰਲ ਹੋਈ ਹੈ ਜਿਹੜੀ ਵੀਡੀਓ ਸਿਮਰ ਦੀ ਵਾਇਰਲ ਹੋਈ ਹੈ। ਉਹ ਸਿਮਰ ਵੱਲੋਂ ਹੀ ਵਾਇਰਲ ਹੋਈ ਆ ਜੀ, ਉਹਨਾਂ ਦੇ ਹਸਬੈਂਡ ਦੀ ਮੈਨੂੰ ਕਾਲ ਆਈ ਸੀਗੀ, ਕਹਿੰਦੇ ਵੀ ਸਿਮਰ ਗਾਲ ਨਹੀਂ ਕੱਢ ਸਕਦੀ, ਉਹ ਵੀਡੀਓ ਬਣਾਈ ਹੋਈ ਸੀ ਕਿਸੇ ਅਨਨੋਨ ਬੰਦੇ ਕੋਲੋਂ, ਉਹ ਤੋਂ ਲੈ ਕੇ ਅਸੀਂ ਉਹਦੇ ਹਸਬੈਂਡ ਨੂੰ ਸੈਂਡ ਕੀਤੀ ਵੀ ਆਹ ਦੇਖੋ ਗਾਲਾਂ ਕੱਢ ਰਹੀ ਆ। ਗਾਲਾਂ ਤਾਂ ਨਹੀਂ ਮੁੱਕਰਦੀ, ਉਹ ਕਹਿੰਦੀ ਮੈਂ ਗਾਲਾਂ ਕੱਢੀਆਂ ਨੇ, ਪਰ ਕਹਿੰਦੀ ਉਹ ਐਕਸ਼ਨ ਦਾ ਰਿਐਕਸ਼ਨ ਸੀ, ਜੇ ਇੱਜ਼ਤ ਕਰੋਗੇ ਤਾਂ ਇੱਜ਼ਤ ਕਰਾਓਗੇ, ਜੇ ਗਾਲਾਂ ਕੱਢੋਗੇ ਤਾਂ ਗਾਲਾਂ ਖਾਓਗੇ। ਗਾਲਾਂ ਉਹਦੇ ਵਿੱਚੋਂ ਕੱਢੀ ਗਈ ਨੇ, ਕੈਮਰਾ ਲੱਗਿਆ ਹੋਇਆ ਸੀ ਉੱਥੇ ਪੈਲਸ ਦੇ ਵਿੱਚ, ਚੈੱਕ ਕਰ ਲੈਣ, ਉਹ ਤਾਂ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਆ, ਸਾਡਾ ਨਹੀਂ ਉਹ ਕੰਮ ਹੈਗਾ, ਪ੍ਰਸ਼ਾਸਨ ਚੈੱਕ ਕਰੇ ਵੀ ਉੱਥੇ ਗਾਲ ਕੱਢੀ ਆ, ਕਿਸੇ ਨੇ ਜੇ ਗਾਲ ਕੱਢੀ ਹੋਊ ਉਹ ਤਾਂ ਸਾਹਮਣੇ ਆ ਹੀ ਜਾਣਾ। ਪਰ ਇੱਕ ਆਰਟਿਸਟ ਜਦੋਂ ਸਟੇਜ 'ਤੇ ਪਰਫੋਰਮ ਕਰ ਰਿਹਾ ਹੁੰਦਾ, ਇੱਕ ਨੌਜਵਾਨ ਥੱਲੇ ਖੜਾ, ਉਹਦੇ ਵਿੱਚ ਹੱਥ ਦੇ ਵਿੱਚ ਗਲਾਸ ਹੁੰਦਾ, ਉਹ ਗਲਾਸ ਉਹਨੂੰ ਘੁਮਾ ਕੇ ਮਾਰਦਾ, ਜੇ ਬਾਈ ਚਾਂਸ ਜ਼ਿਆਦਾ ਲੱਗ ਜਾਂਦੀ ਤਾਂ ਨਹੀਂ? ਉਹ ਗਲਾਸ ਮਾਰਨ ਦੀ ਉਹਦੀ ਉਹ ਵਜ੍ਹਾ ਨਹੀਂ ਸੀ, ਜੇ ਹੁਣ ਦੇਖੋ ਜੀ ਉਹਨਾਂ ਦੀਆਂ ਮਾਵਾਂ ਭੈਣਾਂ ਮੇਰੇ ਸਾਹਮਣੇ ਆਪ ਮੈਂ ਦੇਖੀਆਂ ਨੇ, ਮੂਹਰੇ ਬੈਠੀਆਂ ਸੀਗੀਆਂ, ਉਹਦੇ ਮੂਹਰੇ ਬੈਠੀਆਂ, ਉਹਨੇ ਹੈਪਰ ਹੋ ਕੇ ਮਾਰਤਾ ਵੀ ਕੁੜੀ ਦੇ ਗਾਲਾਂ ਕੱਢੀ ਜਾਂਦੀਆਂ ਸਾਡੇ ਪਰਿਵਾਰ ਨੂੰ, ਇਹ ਪਰਿਵਾਰ ਨੂੰ ਗਾਲਾਂ ਸੁਣੋ, ਉਹਦੇ ਵਿੱਚ ਕੀ ਕਿਹਾ ਗਿਆ ਧਿਆਨ ਨਾਲ। ਉਹਦੀ ਬਾਤ ਕਿਸਦੇ ਵੱਲੋਂ ਕੀਤੀ ਗਈ ਸੀ, ਪਹਿਲਾਂ ਸਿਮਰ ਵੱਲੋਂ ਕੀਤੀ ਗਈ ਸੀ ਜਾਂ ਜਿਹੜੇ ਨੌਜਵਾਨ ਨੱਚ ਰਹੇ ਸੀ ਉਹਨਾਂ ਵੱਲੋਂ ਕੀਤੀ? ਸਿਮਰ ਵੱਲੋਂ ਕੀਤੀ ਗਈ ਹੈ ਜੀ ਪਹਿਲਾਂ ਗਾਲਾਂ ਦੀ। ਸਿਮਰ ਕਹਿੰਦੀ ਉਹ ਮੈਨੂੰ ਗੰਦੇ ਇਸ਼ਾਰੇ ਕਰ ਰਹੇ ਸੀ, ਮੈਨੂੰ ਕਹਿੰਦੀ ਸਟੇਜ ਤੋਂ ਥੱਲੇ ਆ ਕੇ ਸਾਡੇ ਨਾਲ ਨੱਚ, ਵੀ ਮੈਂ ਸਟੇਜ 'ਤੇ ਪਰਫੋਰਮ ਕਰਦੀ ਹਾਂ, ਮੈਂ ਸਟੇਜ ਥੱਲੇ ਨਹੀਂ ਪਰਫੋਰਮ ਕਰਦੀ। ਉਹਨਾਂ ਨੇ ਥੱਲੇ ਆਉਣ ਨੂੰ ਨਹੀਂ ਕਿਹਾ, ਉਹਨਾਂ ਨੇ ਉਹਨੂੰ ਸਮਝ ਗਿਆ ਵੀ ਤੁਸੀਂ ਨੀਚੇ ਜਾਓ, ਵੀ ਤੁਹਾਨੂੰ ਅਸੀਂ ਪਰਫੋਰਮ ਨਹੀਂ ਕਰਾਉਣੀ, ਇਹ ਗੱਲ ਕਹੀ ਆ ਉਹਨਾਂ ਨੇ। ਤੁਹਾਡੇ ਨਾਲ ਸਿਮਰ ਕਿੰਨੀ ਦੇਰ ਤੋਂ ਕੰਮ ਕਰ ਰਹੀ? ਸਿਮਰ ਪਹਿਲਾਂ ਫੰਕਸ਼ਨ ਲੱਗ ਗਈ ਹੈ ਮੇਰਾ। ਹਾਂ, ਤੁਹਾਡੇ ਨਾਲ ਬਾਈ ਜੀ ਕਿੰਨੀ ਦੇਰ ਤੋਂ ਸਿਮਰ ਕੰਮ ਕਰ ਰਹੀ ਹੈ? ਮੈਂ ਤਾਂ ਕਦੇ ਫੰਕਸ਼ਨ ਨਹੀਂ ਲਵਾਇਆ ਜੀ, ਮੈਂ ਪੰਜਾਬ ਦਾ ਪ੍ਰੈਜ਼ੀਡੈਂਟ ਹਾਂ, ਠੀਕ ਹੈ ਜੀ। ਇਹਨੂੰ ਕੱਲ੍ਹ ਮੈਂ ਅਮਨ ਨੂੰ ਫੋਨ ਕੀਤੇ ਆ ਵੀ ਜਦੋਂ ਵੀ ਮੈਂ ਵੀਡੀਓ ਦੇਖੀ ਆ, ਮੈਂ ਬਕਾਇਦਾ ਫੋਨ ਕੀਤੇ ਆ ਵੀ ਸਾਡੇ ਪਰਿਵਾਰ ਦੇ ਨਾਲ ਇਹ ਕਿੱਦਾਂ ਦੀ ਗੱਲਬਾਤ ਹੋ ਗਈ, ਕਿਉਂਕਿ ਸਾਡਾ ਹੱਕ ਬਣਦਾ ਸਾਡੇ ਪਰਿਵਾਰ ਦੀਆਂ ਕੁੜੀਆਂ, ਠੀਕ ਹੈ ਜੀ। ਮੈਂ ਬਕਾਇਦਾ ਫੋਨ ਕੀਤੇ, ਇਹਨਾਂ ਨੇ ਮੈਨੂੰ ਕੋਈ ਸਵਾਲ ਜਵਾਬ ਨਹੀਂ ਦਿੱਤਾ। ਫਿਰ ਉਹ ਵੀ ਕਹਿ ਰਹੀ ਕਹਿੰਦੀ ਕਿ ਤੁਹਾਡੇ ਘਰੇ ਧੀਆਂ ਪੈਣਾ ਨਹੀਂ ਹੈਗੀਆਂ, ਤੁਸੀਂ ਇਹ ਜਿਹੀਆਂ ਹਰਕਤਾਂ ਸਾਡੇ ਨਾਲ ਕਰਦੇ ਹੋ? ਜੇ ਅਸੀਂ ਕੰਮ ਕਰਾਉਂਦੇ ਹਾਂ ਆਪਦੇ ਪਰਿਵਾਰ ਸਮਝ ਕੇ ਕਰਾਉਂਦੇ ਹਾਂ ਜੀ, ਕਿਸੇ ਵੀ ਕੁੜੀ ਨੂੰ ਪੰਜਾਬ ਦੇ ਵਿੱਚ ਲਿਆਓ, ਅਸੀਂ ਆਪਦਾ ਪਰਿਵਾਰ ਸਮਝ ਕੇ ਲੈ ਕੇ ਜਾਂਦੇ ਹਾਂ। ਦੱਸੋ ਇਹਨਾਂ ਦੀ ਫੈਮਿਲੀ 'ਚੋਂ ਕੌਣ ਜਾਂਦਾ? ਇੱਕ ਡਰਾਈਵਰ ਹੁੰਦੇ ਨਾ, ਅਸੂੰ ਹੀ ਪਰਿਵਾਰ ਸਮਝ ਕੇ ਐਂਡ ਤੱਕ ਔਰਗਨਾਈਜ਼ਰ ਹੀ, ਠੀਕ ਹੈ ਜੀ, ਇੱਕ ਪਰਿਵਾਰ ਦੀ ਤਰ੍ਹਾਂ ਇਹਨਾਂ ਨੂੰ ਘਰ ਦੇ ਵਿੱਚ ਸੇਫਟੀ ਨਹੀਂ ਰੱਖੀ ਜਾਂਦੀ ਕੁੜੀਆਂ ਦੀ, ਹੈਲਪਰ ਅਸੀਂ ਆਪ ਲੈ ਕੇ ਜਾਂਦੇ ਹਾਂ, ਮੇਕਅਪ ਸਾਡਾ ਹੁੰਦਾ, ਕੱਪੜੇ ਸਾਡੇ ਹੁੰਦੇ ਆ, ਈਵਨ ਕਿ ਅਸੀਂ ਰੂਮ ਵੀ ਜਿਹੜੇ ਕਿ ਆਪ ਦੇ ਲੈ ਕੇ ਜਾਂਦੇ, ਵੀ ਸਾਡੀ ਜਿਹੜੀ ਕਿ ਸੇਫਟੀ ਆ ਉਹ ਰੱਖਦੇ ਨੇ, ਅਸੀਂ ਤਾਂ ਫ੍ਰੀ ਕਰਤਾ ਇਹਨਾਂ ਨੂੰ, ਉਹ ਚੀਜ਼ ਤੋਂ ਇਹ ਸਿਰੇ ਚੜ ਗਏ ਨੇ। ਦੇਖੋ ਜੀ,
ਅੱਜ ਤੱਕ ਪਹਿਲਾਂ ਦੇਖ ਲਓ ਕਦੇ ਜਿਹੜੇ ਤੁਸੀਂ ਉਹ ਗੱਲ ਕਰਦੇ ਹੋ ਵੀ ਕੱਪੜੇ ਚੇਂਜ ਕਰਨ ਵਾਲਾ, ਪਹਿਲਾਂ ਵੀ ਔਰਗਨਾਈਜ਼ਰ ਸੀਗੇ, ਠੀਕ ਆ, ਇਹ ਇੱਕੋ ਥਾਂ 'ਤੇ, ਇਹ ਤਾਂ ਆਪਦੇ ਇਹਨਾਂ ਨੇ ਆਪ ਚਲਾ ਲਏ ਆ, ਠੀਕ ਆ ਜੀ, ਰੂਲ। ਫਿਰ ਕਹਿੰਦੇ ਆ ਜਿਹੜਾ ਹੈਲਪਰ ਲੈ ਕੇ ਜਾਂਦੇ ਆ, ਬਕਾਇਦਾ ਹੈਲਪਰ ਦੀ ਆਪਣੇ ਔਰਗਨਾਈਜ਼ਰ ਤੋਂ ਪੇਮੈਂਟ ਲਈ ਜਾਂਦੀ, ਜਿਹੜੀ ਗੱਡੀ ਆ ਗੱਡੀ ਦੀ ਵੀ ਪੇਮੈਂਟ ਔਰਗਨਾਈਜ਼ਰ ਹੀ ਦੇ ਕੇ ਤੋਰਦਾ ਜੀ, ਠੀਕ ਆ ਜੀ। ਔਰਗਨਾਈਜ਼ਰ ਦੱਸੋ ਕਿਹੜੀ ਜਗ੍ਹਾ 'ਤੇ ਗਲਤ ਆ, ਕਦੇ 25-25 ਹਜ਼ਾਰ ਪੇਮੈਂਟ ਲੈ ਕੇ ਇਹਨਾਂ ਨੇ ਕਦੇ ਇਹ ਪੁੱਛਿਆ ਵੀ ਔਰਗਨਾਈਜ਼ਰ ਕਿੰਨੇ 'ਚ ਕੰਮ ਫੜਦਾ, ਔਰਗਨਾਈਜ਼ਰ ਨੂੰ ਕੀ ਬਚਦਾ? ਪੈਸੇ ਦੀ ਗੱਲ ਕਰੋ, ਵੀ ਇਹੀ ਗੱਲ ਕਹਿ ਰਹੀ ਵੀ ਇਹਨਾਂ ਨੂੰ ਪੈਸੇ ਦਾ ਮਤਲਬ ਸੀਗਾ, ਪੇਮੈਂਟ ਮਿਲ ਗਈ ਤਾਂ ਚਲ ਜਾਓ, ਜਿਹੜੀ ਮੇਰੀ ਕਹਿੰਦੇ ਉੱਥੇ ਬੇਇੱਜ਼ਤੀ ਹੋਈ ਆ ਉਹਦਾ ਕਿਸੇ ਨੂੰ ਕੋਈ ਫਰਕ ਨਹੀਂ ਪਿਆ ਬਈ? ਬਿਲਕੁਲ ਨਹੀਂ, ਇਹਨੂੰ ਦੇਖੋ ਪੇਮੈਂਟ, ਪੇਮੈਂਟ ਲਈ ਕੰਮ ਕਰਦੇ ਆ ਨਾ ਆਪਾਂ। ਪੇਮੈਂਟ ਜਦੋਂ ਪਾਰਟੀ ਨੇ ਇੱਕ ਸੌਂਗ ਲੱਗਿਆ, ਸੌਂਗ ਦੇ ਵਿੱਚ ਇਹਨਾਂ ਦੇ ਲੜਾਈ ਝਗੜਾ ਹੋਇਆ, ਠੀਕ ਹੈ ਜੀ, ਉਦੋਂ ਬਾਅਦ ਪਾਰਟੀ ਨੇ ਆ ਕੇ ਇਹਨੂੰ ਇਹ ਗੱਲ ਕਹਿ ਦਿੱਤੀ ਆ ਵੀ ਤੂੰ ਚਲੀ ਜਾ, ਆਪਣੇ ਪਰਿਵਾਰ ਦੇ ਵਿੱਚ ਕਲੇਸ਼ ਪਊਗਾ। ਔਰਗਨਾਈਜ਼ਰ ਨੂੰ ਬਕਾਇਦਾ ਪੇਮੈਂਟ ਦੇ ਦਿੱਤੀ ਆ, ਔਰਗਨਾਈਜ਼ਰ ਨੇ ਕੁੜੀ ਨੂੰ ਪੇਮੈਂਟ ਦਿੱਤੀ ਆ ਵੀ ਤੂੰ ਜਾ, ਠੀਕ ਹੈ ਜੀ। ਜਦੋਂ ਪੇਮੈਂਟ ਮਿਲ ਗਈ ਸੀ ਇਹਨੂੰ ਵਾਪਸ ਆ ਜਾਣਾ ਚਾਹੀਦਾ ਸੀ, ਠੀਕ ਹੈ ਜੀ। ਉੱਥੇ ਇਹ ਨਹੀਂ ਵੀ ਉੱਥੇ ਆਪਾਂ ਲੜਾਈ ਝਗੜਾ ਪਾਈ, ਜਿਹੜੀ ਮੇਰੀ ਬੇਇੱਜ਼ਤੀ ਕੀਤੀ, ਮੈਂ ਜਵਾਬ ਤਾਂ ਦੇਣਾ ਹੀ ਸੀਗਾ ਨਾ ਭਾਈ। ਬਹੁਤ ਤਰ੍ਹਾਂ ਦੇ ਚਾਂਸ ਹੋ ਜਾਂਦੇ ਆ ਸਾਡੀ ਲੈਣ ਦੇ ਵਿੱਚ, ਬੜੇ ਤੁਹਾਨੂੰ ਪਤਾ ਇਹ ਕੰਮ ਇਹੀ ਡਰਿੰਕ ਵਾਲਿਆਂ ਦਾ, ਡਰਿੰਕ ਕਰਦੇ ਆ ਲੋਕ, ਹੈ ਨਾ, ਬੜੀਆਂ ਚੀਜ਼ਾਂ ਸਾਨੂੰ ਸਹਿਣੀਆਂ ਪੈਂਦੀਆਂ। ਇੱਕ ਔਰਗਨਾਈਜ਼ਰ ਨੂੰ ਬੜਾ ਕੁਛ ਸਹਿ ਕੇ ਇਹ ਕੰਮ ਕਰਨਾ ਪੈਂਦਾ ਜੀ, ਠੀਕ ਹੈ ਜੀ। ਜੇ ਇਹ ਕਹਿ ਰਹੀ ਹੈ ਨਾ ਵੀ ਔਰਗਨਾਈਜ਼ਰ ਮੇਰੇ ਨਾਲ ਨਹੀਂ ਖੜ੍ਹੇ, ਲਾਡੀ ਗੱਲ ਵੀ ਇੱਕ ਔਰਗਨਾਈਜ਼ਰ ਆ, ਬਿੱਟੂ ਬੈਨੀਪਾਲ ਵੀ ਇੱਕ ਔਰਗਨਾਈਜ਼ਰ ਆ, ਠੀਕ ਹੈ ਜੀ। ਉੱਥੇ ਜੋਂਟੀ ਇੱਕ ਔਰਗਨਾਈਜ਼ਰ ਸੀ, ਮੁੰਡੇ ਸੀਗੇ ਜੀ, ਠੀਕ ਹੈ ਜੀ, ਕੁੜੀਆਂ ਸੀਗੀਆਂ। ਤੁਸੀਂ ਕਿਸੇ ਤੋਂ ਵੀ ਬਕਾਇਦਾ ਸਬੂਤ ਲੈ ਸਕਦੇ, ਮੈਂ ਕੁੜੀਆਂ ਦੀ ਸਿਰਫ ਵੀਡੀਓ ਕਾਲ 'ਤੇ ਗੱਲ ਕਰਾ ਸਕਦਾ ਜਿਹੜੀਆਂ ਕੁੜੀਆਂ ਕਹਿੰਦੀਆਂ ਵੀ ਇਹਨੇ ਡਰਿੰਕ ਕੀਤੀ ਹੋਈ ਸੀ। ਪਹਿਲਾਂ ਕਿਉਂ ਨਹੀਂ ਸਾਹਮਣੇ ਆਏ ਕੈਮਰੇ ਦੇ, ਹੁਣ ਤੁਸੀਂ ਸਾਹਮਣੇ ਆ ਰਹੇ। ਜਦੋਂ ਪਰਚਾ ਦਰਜ ਹੋ ਗਿਆ ਉਹ ਕਹਿੰਦੀ ਵੀ ਇਹਨਾਂ ਦੇ ਪੈਸਿਆਂ ਨਾਲ ਮੂੰਹ ਬੰਦ ਕੀਤੇ ਗਏ ਤਾਂ ਹੁਣ ਇਹ ਮੇਰੇ ਖਿਲਾਫ਼ ਮੂੰਹ ਖੋਲਦੇ ਪਏ ਆ। ਦੇਖੋ ਜੀ, ਇਹਨੇ ਪਰਸੋਂ ਰਾਤ ਨੂੰ ਸਾਨੂੰ ਇਹਨੇ ਸਵੇਰੇ ਮੈਨੂੰ ਪਤਾ ਲੱਗਿਆ, ਕੱਲ੍ਹ ਜਦੋਂ ਇਹਦੀਆਂ ਇੰਟਰਵਿਊ ਆਈਆਂ, ਠੀਕ ਹੈ ਜੀ। ਉਦੋਂ ਬਾਅਦ ਅਸੀਂ ਇਹਨੂੰ ਅਮਨ ਨੂੰ ਫੋਨ ਕੀਤੇ ਆ, ਇਹਨੂੰ ਸਿਮਰ ਨੂੰ ਫੋਨ ਕੀਤੇ ਆ, ਠੀਕ ਹੈ ਜੀ। ਉਦੋਂ ਬਾਅਦ ਮੈਂ ਬਕਾਇਦਾ ਲਾਡੀ ਗਿੱਲ ਹੋਣਾ ਨੂੰ ਸਾਰਿਆਂ ਨੂੰ ਪੁੱਛਿਆ, ਕਹਿੰਦੇ ਜੀ ਕੱਲ੍ਹ ਸਾਨੂੰ 10 ਵਜੇ ਦਾ ਟਾਈਮ ਆ, ਰਾਤ ਸਾਨੂੰ ਪਤਾ ਲੱਗਦਾ ਵੀ ਪਰਚਾ ਹੋ ਗਿਆ, ਅੱਜ 10 ਵਜੇ ਅਸੀਂ ਥਾਣੇ ਚਲੇ ਗਏ ਹਾਂ ਜੀ। ਜਦੋਂ ਸਾਨੂੰ ਜ਼ਿਆਦਾ ਟਾਈਮ ਸਿਮਰ ਦੇ ਨਾਲ ਕਿੰਨੇ ਕੰਮ ਕੀਤਾ ਹੋਇਆ? ਇਹ ਲਾਡੀ ਭਾਈ ਨੇ ਜੀ, ਉਹ ਖੜੇ ਭਾਈ ਜੀ। ਤੁਸੀਂ ਕਿੰਨਾ ਟਾਈਮ ਸਿਮਰ ਦੇ ਨਾਲ ਕੰਮ ਕੀਤਾ ਹੋਇਆ? ਸਿਮਰ ਮੇਰੇ ਕੋਲ ਪਿਛਲੇ 6 ਸਾਲ ਤੋਂ ਕੰਮ ਕਰਦੀ ਸੀ। 6 ਸਾਲ ਤੋਂ ਪਹਿਲਾਂ ਕਦੀ ਇਹੋ ਜਿਹਾ ਸੀਨ ਹੋਇਆ ਜੋ ਕੱਲ ਜਾਂ ਪਰਸੋਂ ਹੋਇਆ? ਨਹੀਂ ਨਹੀਂ, ਇਦਾਂ ਦਾ ਕਦੀ ਪ੍ਰੋਬਲਮ ਨਹੀਂ ਆਈ ਹੈਗੀ। ਕਦੀ ਉਹ ਕਿਸੇ ਨਾਲ ਲੜਾਈ ਝਗੜਾ ਹੋਇਆ ਹੋਵੇ ਜਾਂ ਸ਼ਰਾਬ ਪੀ ਕੇ ਸਟੇਜ ਤੇ ਚੜੀ ਹੋਵੇ? ਕਦੀ ਵੀ ਪਰਫਾਰਮੈਂਸ ਟਾਈਮ ਦਾ ਅੱਜ ਤੱਕ ਨਹੀਂ ਹੋਇਆ, ਇਹ ਪਹਿਲਾ ਚਾਂਸ ਹੀ ਸੀ। ਜਿਵੇਂ ਬਾਈ ਹੋਰੀ ਕਹਿ ਰਹੇ ਡਰਿੰਕ ਕੀਤੀ ਸੀ, ਡਰਿੰਕ ਕਰਕੇ ਸਾਰਾ ਹੰਗਾਮਾ ਕੀਤਾ ਹੈ। ਦੇਖੋ ਇਹ ਤਾਂ ਜਿਹੜੇ ਮੌਜੂਦ ਉੱਥੇ ਉਹੀ ਦੱਸ ਸਕਦੇ ਆ ਨਾ, ਉਹਨਾਂ ਦੇ ਕਹਿਣ ਦੇ ਮੁਤਾਬਕ ਵੀ ਉਹਨੇ ਡਰਿੰਕ ਕੀਤੀ ਹੋਈ ਸੀ। ਤੁਹਾਡੇ ਸ਼ੋਅ ਕਿੰਨੇ ਕੁ ਲਾਏ ਸੀ ਮਰਦੇ? ਮੇਰੇ ਕੋਲ 5 ਸਾਲ ਤੋਂ ਕਦੀ ਉਹਨੇ ਡਰਿੰਕ ਕਰਕੇ ਸ਼ੋਅ ਲਾਏ ਆ ਉਹਨੇ? ਇਹ ਚਲੋ ਉਹ ਤਾਂ ਕਰਦੀ ਹੈ, ਬਟ ਕਦੀ ਮਤਲਬ ਸ਼ੋਅ ਤਾਂ ਕਦੀ ਇੱਦਾਂ ਲੜਾਈ ਹੋਈ ਨਹੀਂ ਹੈ। ਤਾਂ ਮੈਮ ਤੁਹਾਡੀ ਵੀ ਅੱਜ ਵੀਡੀਓ ਆਈ ਆ, ਤੁਹਾਨੂੰ ਉਹ ਬਹੁਤ ਰਿਸਪੈਕਟ ਕਰਦੀ ਹੈ। ਅਲੀਸ਼ਾ ਨਾਮ ਹੈ ਤੁਹਾਡਾ ਜੀ? ਉਹ ਕਹਿੰਦੇ ਅਲੀਸ਼ਾ ਦੀਦੀ ਨੇ ਕੁਛ ਸਮਾਂ ਅੱਜ ਤੋਂ ਪਹਿਲਾਂ ਤੱਕ ਤਾਂ ਮੇਰੇ ਨਾਲ ਸੀਗੇ, ਮੈਨੂੰ ਕਹਿੰਦੇ ਸੀਗੇ ਕਿ ਸਿਮਰ ਧਿਆਨ ਰੱਖੀ, ਬਹੁਤ ਬੰਦਿਆਂ ਦੀ ਅੱਖ ਤੇਰੇ 'ਤੇ ਆ ਅਤੇ ਬਚ ਕੇ ਰਹੀ, ਤਾਂ ਅੱਜ ਉਹ ਮੇਰੇ ਖਿਲਾਫ਼ ਖੜ੍ਹੇ ਹੋਏ ਨੇ। ਮੈਂ ਖਿਲਾਫ਼ ਨਹੀਂ ਹੋਈ ਜੀ, ਮੈਂ ਜਦ ਵੀਡੀਓ ਇਹਦੀ ਅਪਲੋਡ ਹੋਈ ਹੈ ਤਾਂ ਮੈਨੂੰ ਬਹੁਤ ਹਮਦਰਦੀ ਸੀ ਇਹਦੇ ਨਾਲ, ਬਹੁਤ ਜ਼ਿਆਦਾ, ਹੈ ਨਾ। ਲੇਕਿਨ ਜਦੋਂ ਅਸੀਂ ਬੈਨੀਪਾਲ ਭਾਈ ਨੂੰ ਫੋਨ ਕੀਤਾ, ਕਿਉਂਕਿ ਦੇਖੋ ਗੱਲ ਦੀ ਜੜ ਤੱਕ ਪਹੁੰਚਣਾ ਬਹੁਤ ਜ਼ਰੂਰੀ ਹੈ, ਇਹਨਾਂ ਨੂੰ ਫੋਨ ਕੀਤਾ, ਇਹਨਾਂ ਨੇ ਆਪਣੀ ਸਾਰੀ ਗੱਲ ਦੱਸੀ। ਫਿਰ ਮੈਂ ਲਾਡੀ ਭਾਈ ਨੂੰ ਫੋਨ ਕੀਤਾ, ਇਹਨਾਂ ਨੇ ਦੱਸੀ, ਭੰਗੜੇ ਵਾਲਿਆਂ ਨਾਲ ਗੱਲ ਕੀਤੀ, ਉਹ ਕਹਿੰਦੇ ਜੀ ਇਹ ਬਹੁਤ ਜ਼ਿਆਦਾ ਡਰਿੰਕ ਕਰਕੇ ਇਹਨੇ ਸਟੇਜ 'ਤੇ ਬਹੁਤ ਓਵਰ ਬੋਲਿਆ, ਠੀਕ ਹੈ। ਤੁਸੀਂ ਸਿਮਰ ਨੂੰ ਕਿੰਨੀ ਦੇਰ ਤੋਂ ਜਾਣਦੇ? ਜਦ ਤੋਂ ਇਹਨਾਂ ਕੋਲ ਕੰਮ ਕਰਦੀ ਹੈ 5-6 ਸਾਲ ਤੋਂ ਜੀ। ਔਰ ਜਿਹੜੀ ਉਹਨੇ ਗੱਲ ਇਹ ਬੋਲੀ ਹੈ ਕਿ ਮੈਂ ਇਹ ਗੱਲ ਬੋਲੀ ਹੈ, ਉਹ ਮੈਂ ਤੁਹਾਨੂੰ ਦਿਖਾ ਦਿੰਦੀ ਹਾਂ ਜੀ, ਕਿਸ ਬੇਸ 'ਤੇ ਬੋਲੀ ਹੈ ਮੈਂ। ਆਹ ਫੋਟੋ ਹੈ ਜੀ, 9 ਮਾਰਚ ਦੀ ਇਹਨੇ ਇਹ ਸਟੇਟਸ ਪਾਇਆ ਸੀ, ਠੀਕ ਹੈ ਜੀ। ਉਸ ਤੋਂ ਬਾਅਦ ਮੈਂ ਵਟਸਐਪ ਦਿਖਾਉਂਦੀ ਹਾਂ ਤੁਹਾਨੂੰ। ਆਹ 9 ਮਾਰਚ ਦੀ ਹੈ ਜੀ, ਇਹ ਫੁੱਡ ਸਟੇਟਸ ਪਾਇਆ ਹੋਇਆ ਸੀ, ਮੈਂ ਕਿਹਾ ਕੀ ਹੋ ਗਿਆ, ਠੀਕ ਹੈ ਜੀ। ਉਸ ਤੋਂ ਬਾਅਦ ਇਹਦੀ ਰਿਕਾਰਡਿੰਗ ਸੁਣੋ। ਕੁਛ ਨਹੀਂ ਦੀ, ਦਵਾਈ ਲੈਣ ਗਈ ਸੀ, ਉਹ ਲਾਉਂਦੇ ਨਾ ਸਿਰ 'ਤੇ,
ਦਵਾਈ ਇੱਕ ਮਹੀਨੇ ਦੀ ਦਿੱਤੀ ਆ ਉਹਨੇ ਡਿਪਰੈਸ਼ਨ ਦੀ, ਜਾਂ ਪਹਿਲਾਂ ਵੀ ਤੁਹਾਨੂੰ ਪਤਾ ਮੈਨੂੰ ਪ੍ਰੋਬਲਮ ਆਈ ਸੀਗੀ ਇਹ ਵਾਲੀ, ਹਾਂਜੀ ਤਾਂ ਕਰਕੇ ਦਵਾਈ ਤੁਹਾਨੂੰ ਪਤਾ ਪਹਿਲਾਂ ਰਿਕਵਰੀ ਹੋ ਗਈ ਸੀਗੀ, ਅਤੇ ਦੁਬਾਰਾ ਹੁਣ ਉਹ ਕਹਿੰਦੇ ਸੀਗੇ ਡਾਕਟਰ ਕਿ ਮੈਂ ਦੱਸਣ ਗਈ ਸੀਗੀ ਮੈਨੂੰ ਇੱਦਾਂ ਇੱਦਾਂ ਹੁਣ ਪਰੇਸ਼ਾਨੀ ਜੀ ਹੈ, ਦਿਮਾਗ ਇਵੇਂ ਹੁੰਦਾ ਆ, ਅਤੇ ਫਿਰ ਉਹਨਾਂ ਨੇ ਇੱਕ ਮੰਥ ਦੀ ਹੋਰ ਦਵਾਈ ਦਿੱਤੀ ਸੀਗੀ, ਹੋਰ ਠੀਕ ਆ ਬਾਕੀ ਸਭ। ਕੋਈ ਪ੍ਰੋਬਲਮ ਹੋ ਗਈ ਸੀ ਜਿਹੜੀ ਇਹਦੀ ਪਰਸਨਲ ਲਾਈਫ 'ਚ ਪ੍ਰੋਬਲਮ ਹੋ ਗਈ ਸੀਗੀ, ਉਹਦੇ ਰਿਕਾਰਡਿੰਗ ਮੈਂ ਕਿਹਾ ਸੀ ਕਿ ਤੇਰੇ 'ਤੇ ਨਜ਼ਰਾਂ ਬਹੁਤ ਨੇ, ਤਾਂ ਇਹ ਡਿਪਰੈਸ਼ਨ ਚੱਲ ਗਈ ਸੀ, ਸੁਣੋ ਮੈਂ ਕੀ ਬੋਲੀ ਹਾਂ। ਕਮਾਲ ਹੋ ਗਈ, ਅੱਛਾ ਡਿਪਰੈਸ਼ਨ 'ਚ ਇਹ ਚੀਜ਼ ਲਾਉਂਦੇ ਆ, ਮੈਨੂੰ ਤਾਂ ਮਾਈਗ੍ਰੇਨ ਦੀ ਪ੍ਰੋਬਲਮ ਹੈ ਨਾ, ਡਿਪਰੈਸ਼ਨ ਦੀ ਨਹੀਂ, ਇਸ ਕਰਕੇ ਪਤਾ ਨਹੀਂ ਸੀਗਾ। ਓਕੇ, ਧਿਆਨ ਰੱਖ ਬਹੁਤ ਤੱਪੜਾ, ਵੈਸੇ ਤੂੰ ਬਹੁਤ ਨਜ਼ਰਾਂ 'ਚ ਆ ਲੋਕਾਂ ਦੀਆਂ, ਇਹਦੇ 'ਚ ਬੰਦਾ ਇੱਕ ਬੱਚਿਆਂ ਵਾਂਗੂ ਸਮਝਾਉਣ ਵਾਸਤੇ ਹੀ ਕਹਿ ਦਿੰਦਾ, ਥੋੜ੍ਹਾ ਆਪਣਾ ਧਿਆਨ ਰੱਖ। ਕੁੜੀ ਨੂੰ ਵੀ ਇੱਕ ਵਾਰੀ ਉੱਥੇ ਹਾਜ਼ਰ ਸੀ ਜਿਹੜੀ, ਉਹਨੂੰ ਕੁੜੀ ਨੂੰ ਅਸੀਂ ਵੀਡੀਓ ਕਾਲ ਲਾਵਾਂਗੇ, ਠੀਕ ਆ, ਤੁਸੀਂ ਉਹ ਵੀ ਦੱਸ ਦੂਗੀ ਜਿਹੜੀ ਕੁੜੀ ਹਾਜ਼ਰ ਸੀ ਅੰਦਰ, ਹੈ ਨਾ, ਉਹ ਵੀ ਤੁਹਾਨੂੰ ਦੱਸ ਦੂਗੀ, ਉਹ ਬਕਾਇਦਾ ਉਹਦੀ ਵੀਡੀਓ ਕਾਲ 'ਤੇ ਤੁਸੀਂ ਉਹਦੇ ਨਾਲ ਜਿਹੜੀ ਕੁੜੀ ਸੀਮਾ ਦੇ ਨਾਲ ਪਰਫੋਰਮ ਕਰ ਰਹੀ ਸੀ ਉਸ ਕੁੜੀ ਨੂੰ ਵੀਡੀਓ ਕਾਲ ਕੀਤੀ ਜਾ ਰਹੀ ਹੈ? ਹਾਜ਼ਰ ਸੀਗੀ ਜਿਹੜੀ ਕੁੜੀ ਜੀ, ਠੀਕ ਹੈ ਜੀ, ਅਸੀਂ ਬਕਾਇਦਾ। ਫਿਰ ਉਹ ਇੱਕ ਗੱਲ ਹੋਰ ਕਹਿ ਰਹੀ ਆ ਵੀ ਜਿਹੜੇ ਆ ਪ੍ਰਧਾਨ ਪ੍ਰਧਾਨ ਤੁਰੇ ਫਿਰਦੇ ਆ, ਮੈਂ ਨਹੀਂ ਇਹਨਾਂ ਨੂੰ ਪ੍ਰਧਾਨ ਮੰਨਦੀ। ਅਲੀਸ਼ਾ ਨੂੰ ਉਹਨੇ ਇਹ ਗੱਲ ਕਹੀ ਵੀ ਅੱਜ ਤੋਂ ਪਹਿਲਾਂ ਤਾਂ ਪ੍ਰਧਾਨ ਨਹੀਂ ਸੀਗੇ, ਅੱਜ ਕਿਵੇਂ ਪ੍ਰਧਾਨ ਬਣ ਗਏ? ਮੈਂ ਪੰਜਾਬ ਐਸੋਸੀਏਸ਼ਨ ਦਾ ਪ੍ਰਧਾਨ ਆ, ਬਿਲਕੁਲ ਲੁਧਿਆਣੇ ਦੇ ਪ੍ਰਧਾਨ ਬਣਾਏ ਹੋਏ ਆ ਜੀ ਮੈਂ, ਬਿਲਕੁਲ। ਇਹ ਪ੍ਰਧਾਨ ਨੇ ਜੀ, ਇਹਨਾਂ ਨੇ ਮੈਨੂੰ ਪ੍ਰਧਾਨ, ਉਹਨਾਂ ਨੇ ਕਿਹਾ ਵੀ ਅਲੀਸ਼ਾ ਦਾ ਪ੍ਰਧਾਨ ਨਹੀਂ ਸੀ, ਅੱਜ ਅਚਾਨਕ ਕਿਵੇਂ ਪ੍ਰਧਾਨ ਬਣ ਗਏ? ਨਹੀਂ ਬਣਾਇਆ ਜੀ, ਮੈਂ ਤੁਹਾਨੂੰ ਪ੍ਰੂਫ ਦੇ ਸਕਦੀ ਹਾਂ ਮੈਂ ਪ੍ਰਧਾਨ ਹਾਂ, ਬੋਲੋ। ਕਦੋਂ ਬਣੇ ਤੁਸੀਂ? 2 ਸਾਲ ਹੋ ਗਏ ਜੀ ਪ੍ਰਧਾਨ ਬਣੇ। 2 ਸਾਲ ਹੋ ਗਏ? 2 ਸਾਲ ਹੋ ਗਏ ਜੀ, 2 ਸਾਲ ਹੋ ਗਏ ਜੀ, 2 ਸਾਲ ਹੋ ਗਏ ਹੈ। ਫੋਟੋ ਕੱਢ ਰਹੇ ਹੋ ਵੀਰ ਜੀ? ਕੱਢੋ ਫੋਟੋ। ਅਸੀਂ ਬਕਾਇਦਾ ਫੋਰਮੂਲ ਲੱਗਦਾ ਕਨੈਕਟ ਹੋ ਗਈ ਹੈ ਇੱਕ, ਬਿਲਕੁਲ ਫੋਟੋ ਮੈਂ ਦਿਖਾਣੀ ਆ ਤੁਹਾਨੂੰ ਬਾਅਦ ਚੋਂ ਜੀ, ਜਦ ਤੱਕ ਉਹ ਕੱਢ ਰਹੇ ਆ, ਜਦ ਤੱਕ ਤੁਸੀਂ ਆ ਕੁੜੀ ਉਦੋਂ ਅਵੇਲੇਬਲ ਸੀਗੀ 31 ਤਰੀਕ ਨੂੰ। ਕੀ ਨਾਮ ਹੈ ਜੀ ਇਹਨਾਂ ਦਾ? ਇਹਨਾਂ ਦਾ ਜੀ ਅਨੂਰ। ਨੂਰ ਨੂਰ ਜੀ, ਕੀ ਵਾਕਿਆ ਹੋਇਆ ਸੀ ਉਸ ਦਿਨ ਜਦੋਂ ਸਿਮਰ ਨੇ ਸਟੇਜ ਤੋਂ ਗਾਲਾਂ ਕੱਢੀਆਂ ਸੀ ਮੁੰਡਿਆਂ ਨੂੰ, ਕੀ ਸੱਚਾਈ ਕੀ ਉਸ ਮਾਮਲੇ ਨੂੰ ਲੈ ਕੇ ਸਾਰੀ? ਹਾਂਜੀ, ਉਸ ਦਿਨ ਸ਼ੋਅ ਵਗੇ ਚੱਲ ਰਿਹਾ ਸੀ, ਸਿਮਰ ਦੀ ਗਲਤੀ ਆ, ਉਹਨੇ ਮੈਕ ਫੜ ਕੇ ਉਹਨਾਂ ਨੂੰ ਗਾਲਾਂ ਗਲੋਚ ਕੀਤੀਆਂ ਨੇ। ਉਸ ਤੋਂ ਬਾਅਦ ਸ਼ੋਅ ਫੇਰ ਜੀ ਉਹਨੇ, ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਸਿਮਰ ਨੂੰ ਤੂੰ ਪੇਮੈਂਟ ਲੈ ਆ, ਅਸੀਂ ਹੁਣ ਤੇਰੇ ਡਾਂਸ ਨਹੀਂ ਕਰਾਉਣਾ ਹੈ ਗਿਆ। ਨਹੀਂ, ਸਿਮਰ ਨੇ ਗਾਲਾਂ ਕਿਉਂ ਕੱਢੀਆਂ? ਕਾਰਨ ਕੀ ਸੀ? ਕੋਈ ਕੁੜੀ ਕਿਸੇ ਨੂੰ ਕਿਵੇਂ ਗਾਲਾਂ ਕੱਢੂਗੀ? ਕੋਈ ਨਾ ਕੋਈ ਗਲਤ ਹੋਈ ਹੋਊਗੀ। ਗੱਲ ਏਦਾਂ ਹੋਈ ਆ, ਉੱਥੇ ਸੌਂਗ ਚੱਲਿਆ ਸੀ ਵੀ ਜੱਟ ਪੱਟ ਲੈ, ਠੀਕ ਆ, ਉੱਥੋਂ ਇਹਨੂੰ ਪਤਾ ਨੀ ਕੀ ਫੀਲ ਹੋਇਆ, ਇਹਨੇ ਸਿੱਧਾ ਜਾ ਕੇ ਕਹਿਤਾ ਵੀ ਮੈਂ ਸੰਧੂਆਂ ਦੀ ਕੁੜੀ ਆ, ਮੈਂ ਵੀ ਜੱਟਾਂ ਦੀ ਕੁੜੀ ਆ, ਏਦਾਂ ਕਿੱਦਾਂ ਤੁਸੀਂ ਪੱਟ ਲਓਗੇ, ਤੁਹਾਡੀ ਕੀ ਔਕਾਤ ਆ, ਠੀਕ ਆ। ਉਹਨਾਂ ਨੂੰ ਏਦਾਂ ਬੋਲ ਰਹੀ ਆ, ਤੇ ਅਸੀਂ ਉੱਥੇ ਕਹਿ ਵੀ ਰਹੇ ਹਾਂ ਵੀ ਯਾਰ ਇਹ ਕਿੱਦਾਂ ਬੋਲ ਰਹੀ ਆ, ਹਨਾ, ਵੀ ਸੌਂਗ ਤਾਂ ਕੋਈ ਵੀ ਚੱਲ ਸਕਦਾ, ਆਪਾਂ ਡਾਂਸ ਕਰਨ ਆਏ ਤਾਂ ਆਪਾਂ ਕਰਨਾ ਗਾ। ਤੇ ਉੱਥੇ ਉਦੋਂ ਬਾਅਦ ਚਲੋ ਜੀ ਲੜਾਈ ਟਿਕ ਵੀ ਜਾਂਦੀ ਆ, ਠੀਕ ਆ, ਉਦੋਂ ਬਾਅਦ ਫਿਰ ਇਹ ਆ ਕਿ ਕਿਤੇ ਨਾ ਜਦੋਂ ਸਾਊਂਡ ਚੱਲ ਰਹੀ ਹੈ ਨਾ, ਅਸੀਂ ਉਸ ਟਾਈਮ ਸਾਰੇ ਸਟੇਜ ਤੇ ਸੀ, ਪਰ ਜਦੋਂ ਲਾਈਟ ਦਾ ਕੱਟ ਲੱਗਿਆ ਗਾ, ਜਦੋਂ ਸਾਊਂਡ ਬੰਦ ਹੋ ਗਈ, ਇਹ ਪਤਾ ਕੀ ਕਹਿਣ ਲੱਗ ਗਈ ਆਡੀਅੰਸ ਵਾਲਿਆਂ ਨੂੰ, ਹੁਣ ਨੱਚ ਲਓ ਹੁਣ ਨੱਚ ਲਓ, ਉਹਨਾਂ ਮੇਰੀ ਫਿੰਗਰਾਂ ਦਿਖਾਉਣ ਲੱਗ ਗਈ ਉਲਟ ਫੁਲਟ, ਫਿਰ ਉਹ ਮੁੰਡੇ ਨੇ ਇਹਦੇ ਗਲਾਸ ਮਾਰਿਆ ਜੀ, ਉਹ ਮਜਬੂਰ ਹੋ ਗਿਆ ਗਲਾਸ ਮਾਰਨ ਤੇ, ਉਹਦੀ ਕੋਈ ਗਲਤੀ ਨਹੀਂ ਆਈ। ਪਰ ਜਿਹੜੀ ਵੀਡੀਓ ਵਾਇਰਲ ਹੋਈ ਉਹਦੇ ਵਿੱਚ ਤਾਂ ਇਹ ਦੇਖਦਾ ਮੁੰਡਾ ਗਲਾਸ ਮਾਰਦਾ, ਤਾਂ ਬਾਅਦ ਚ ਉਸੇ ਮਰ ਗਾਲਾਂ ਕੱਢਦੀ ਹੈ। ਨਹੀਂ ਨਹੀਂ ਸਿਮਰ ਪਹਿਲਾਂ ਗਾਲਾਂ ਦੇ ਰਿਹਾ, ਤੁਸੀਂ ਪੂਰੀ ਵੀਡੀਓ ਦੇਖੋ ਨਾ, ਪੈਲਸ ਜੋ ਪੂਰੀ ਵੀਡੀਓ ਕਰਾਓ, ਤੁਹਾਨੂੰ ਸੱਚਾਈ ਦਾ ਫੇਰ ਪਤਾ ਚੱਲਣਾ। ਤੁਸੀਂ ਉਹਦੋਂ ਸਿਮਰ ਨਾਲ ਗੱਲਬਾਤ ਹੋਈ ਸੀ ਤੁਹਾਡੀ, ਤੁਸੀਂ ਨਾਲ ਪਰਫਾਰਮ ਕਰ ਰਹੇ ਸੀ, ਤੁਸੀਂ ਸਮਝਾਇਆ ਨਹੀਂ ਸਿਮਰ ਨੂੰ ਵੀ ਇਹ ਕਿਉਂ ਕਰ ਰਹੀ ਹੈ? ਅਸੀਂ ਤਾਂ ਵੀ ਉਹਨੂੰ ਕੁਛ ਨਹੀਂ ਬੋਲਿਆ, ਕਿਉਂਕਿ ਉਹ ਸਾਨੂੰ ਵੀ ਉਲਟ ਬੋਲ ਰਹੀ ਹੈ, ਕੁੜੀਆਂ ਨੂੰ ਉਲਟ ਬੋਲ ਰਹੀ ਹੈ ਵੀ ਹੋਰ ਕੁੜੀਆਂ ਹੋਣੀਆਂ ਜਿਹੜੀਆਂ ਤੁਹਾਡੇ ਵਿੱਚ ਸਮਾਈਲਾਂ ਕਰਦੀਆਂ, ਤੁਹਾਡੇ ਨਾਲ ਤੁਰ ਜਾਂਦੀਆਂ, ਮੈਂ ਉਹਨਾਂ ਕੁੜੀਆਂ ਚੋਂ ਨਹੀਂ ਹੈਗੀ। ਤੁਸੀਂ ਕਿੰਨੀ ਦੇਰ ਤੋਂ ਸਿਮਰ ਨਾਲ ਕੰਮ ਕਰ ਰਹੇ ਹੋ? ਮੈਂ ਸਿਮਰ ਨਾਲ ਕਾਫੀ ਸ਼ੋਅ ਲਾਏ ਨੇ, ਪਰ ਮੈਂ ਉਹਨੂੰ ਬੁਲਾਉਂਦੀ ਬਹੁਤ ਘੱਟ ਆ, ਤੇ ਹਾਂ ਵੀ ਹੈ ਨਾ, ਆਪਾਂ ਨੂੰ ਰੋਜ਼ ਨਵੀਆਂ ਨਵੀਆਂ ਕੁੜੀਆਂ ਮਿਲਦੀਆਂ ਹੁੰਦੀਆਂ ਨੇ। ਪਹਿਲਾਂ ਵੀ ਹੋਇਆ ਕਿ ਸਿਮਰ ਨੇ ਸਟੇਜ ਦੌਰਾਨ ਪਰਫਾਰਮ ਦੌਰਾਨ ਕਿਸੇ ਨਾਲ ਲੜਾਈ ਝਗੜਾ ਕੀਤਾ ਹੋਵੇ, ਜਾਂ ਜਿਵੇਂ ਤੁਸੀਂ ਇਲਜ਼ਾਮ ਲਗਾ ਰਹੇ ਵੀ ਡਰਿੰਕ ਕੀਤੀ ਹੋਈ ਸੀ ਉਹਨੇ, ਜਾਂ ਪਹਿਲਾਂ ਵੀ ਕਦੀ ਡਰਿੰਕ ਕਰਕੇ ਪਰਫਾਰਮ ਕੀਤਾ ਹੋਵੇ? ਕੋਈ ਇਲਜ਼ਾਮ ਨਹੀਂ ਲਗਾ ਰਹੇ ਅਸੀਂ, ਕੋਈ ਇਲਜ਼ਾਮ ਨਹੀਂ, ਜੋ ਅਸੀਂ ਦੇਖੇ ਅਸੀਂ ਉਹ ਕਹਿ ਰਹੇ ਆ, ਹਾਂ ਉਹਦੀ ਡਰਿੰਕ ਕੀਤੀ ਸੀ ਕਿਉਂਕਿ ਸ਼ਰੇਆਮ ਪਤਾ ਚੱਲ ਰਿਹਾ ਸੀ। ਤਾਂ ਉਸ ਤੋਂ ਬਾਅਦ ਕੰਪਲੇਂਟ ਕਿੰਨੇ ਵਜੇ ਕਰਾਈ ਜਾਂਦੀ ਹੈ ਸਿਮਰ ਦੇ ਵੱਲੋਂ, ਜਦੋਂ ਥਾਣੇ ਸਿਮਰ ਜਾਂਦੀ ਹੈ ਕਿੰਨੇ ਵਜੇ ਜਾਂਦੀ ਹੈ? ਸਰ
ਸਾਰਾ ਕੁਝ ਵਧੀਆ ਨਿਬੜਿਆ, ਵਧੀਆ ਪੈਸੇ ਲੈ ਕੇ ਗਈ ਹੈ, ਹੱਸ ਖੇਡ ਕੇ ਗਈ ਹੈ ਸਾਡੇ ਨਾਲ, ਏਦਾਂ ਦਾ ਕੋਈ ਪਤਾ ਹੀ ਨਹੀਂ ਸੀ ਵੀ ਇਹ ਕੰਪਲੇਂਟ ਕਰ ਦੂਗੀ, ਕੋਈ ਗੱਲ ਹੀ ਨਹੀਂ ਸੀ। ਪਤਾ ਨਹੀਂ ਉਹਦੇ ਦਿਮਾਗ ਵਿੱਚ ਕੀ ਆਇਆ, ਉਹਨੇ ਕਦੋਂ ਕੰਪਲੇਂਟ ਕਰਤੀ, ਕੁਛ ਨਹੀਂ ਪਤਾ ਸਾਨੂੰ ਤਾਂ। ਚਲੋ ਠੀਕ ਹੈ, ਕੰਪਲੇਂਟ ਕਰਾਉਣ ਨੂੰ ਤੁਸੀਂ ਤੁਹਾਡੇ ਵੱਲੋਂ ਕਿਸੇ ਵੱਲੋਂ ਕਿਹਾ ਗਿਆ ਸੀ ਜਾਂ ਫਿਰ ਸਿਮਰ ਆਪ ਹੀ ਗਈ ਸੀ ਥਾਣੇ? ਜੀ ਉਹ ਪਹਿਲਾਂ ਤਾਂ ਘਰ ਦੇ ਵਿੱਚ ਵਾਪਸ ਮੁੜੇ ਆਉਂਦੀ ਆ, ਕਿਉਂਕਿ ਸਾਰਿਆਂ ਨੂੰ ਪਤਾ ਸੀ ਵੀ ਗੱਲ ਖਤਮ ਹੋ ਗਈ ਆ। ਸਾਨੂੰ ਤਾਂ ਪਤਾ ਲੱਗਦਾ ਨਾ, ਸਾਨੂੰ ਤਾਂ ਇਹ ਤਾਂ ਦੱਸਦੇ ਵੀ ਜੇ ਉਹ ਗੱਲ ਵਧੀ ਪਹਿਲਾਂ ਉਹ ਘਰ ਵਿੱਚ ਵਾਪਸ ਆ ਜਾਂਦੀ, ਉਦੋਂ ਬਾਅਦ ਉਹ ਰਾਤ ਨੂੰ ਫਿਰ ਜਾ ਕੇ ਕੰਪਲੇਂਟ ਕਰਾਉਂਦੀ ਆ। ਠੀਕ ਹੈ ਜੀ, ਉਦੋਂ ਬਾਅਦ ਉਹਨਾਂ ਨੇ ਕੰਪਲੇਂਟ ਕਰਾਈ ਆ, ਉਦੋਂ ਬਾਅਦ ਇਹਨਾਂ ਨੇ ਫੋਨ ਕੀਤਾ। ਠੀਕ ਹੈ ਜੀ, ਉਦੋਂ ਬਾਅਦ ਦਿਨੇ ਇੰਟਰਵਿਊ ਆਉਣੀਆਂ ਸ਼ੁਰੂ ਕੀ ਹੋਈਆਂ। ਫਿਰ ਅਮਨ, ਜਿਹੜੇ ਅਮਨ ਆ ਨਾ ਵੀਰ, ਅਮਨ ਨੂੰ ਤੁਸੀਂ ਬਕਾਇਦਾ ਇੰਟਰਵਿਊ ਦੇ ਵਿੱਚ ਅਮਨ ਵੀਰ ਸਵਾਲ ਦੇ ਸਕਦਾ ਵੀ ਮੈਂ ਉਸ ਬੰਦੇ ਨੂੰ 5 ਵਾਰ ਫੋਨ ਕੀਤਾ ਵੀ ਵੀਰੇ ਮੈਨੂੰ ਦੱਸ ਕੀ ਪ੍ਰੋਬਲਮ ਆ। ਮੈਂ ਸਿਮਰ ਨੂੰ ਫੋਨ ਕੀਤਾ, ਮੈਂ ਕਿਹਾ ਪੁੱਤ ਵੀ ਇੱਦਾਂ ਕਰਕੇ ਮੈਂ ਪੰਜਾਬ ਦਾ ਪ੍ਰਧਾਨ ਬੋਲਦਾ, ਕਹਿੰਦੀ ਮੈਂ ਨਹੀਂ ਕਿਸੇ ਨੂੰ ਜਾਣਦੀ ਜੁਣਦੀ। ਠੀਕ ਆ, ਮੈਂ ਇੰਟਰਵਿਊ ਦੇ ਰਹੀ ਹਾਂ, ਮੈਂ ਨਹੀਂ ਕਿਸੇ ਨੂੰ ਜਾਣਦੀ। ਨਹੀਂ ਪਰ ਤੁਹਾਡਾ ਫਰਜ਼ ਨਹੀਂ ਬਣਦਾ ਸੀ, ਤੁਹਾਡਾ ਇੱਕ ਪਰਿਵਾਰ ਹੈ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਸਾਡਾ ਇੱਕ ਪਰਿਵਾਰ ਹੈ, ਉਹ ਵੀ ਤੁਹਾਡੇ ਪਰਿਵਾਰ ਦੇ ਵਿੱਚੋਂ ਹੀ ਸੀਗੇ, ਤੁਹਾਡੇ ਨਾਲ ਪਰਫੋਰਮ ਕਰਦੇ, ਤੁਹਾਡਾ ਫਰਜ਼ ਨਹੀਂ ਬਣਦਾ ਤੁਸੀਂ ਘਰ ਜਾਈਏ, ਉਹਨਾਂ ਗੱਲਬਾਤ ਕਰੀਏ, ਪੁੱਛੀਏ ਸੀ ਵੀ ਸੱਚਾਈ ਹੈ ਕੀ ਹੈ, ਗੱਲ ਕੀ ਹੈ, ਕਿਉਂ ਉਹਦੇ ਵੱਲੋਂ ਗਾਲਾਂ ਕੱਢੀਆਂ ਗਈਆਂ, ਮੰਨ ਲਓ ਉਹਨੂੰ ਵੀ ਕੁਝ ਗੱਲ ਕਹੀ ਗਈ ਹੋਣੀ ਤਾਂ ਹੀ ਉਹਨੇ ਗੁੱਸੇ 'ਚ ਆ ਕੇ ਕੁਝ ਬੋਲਿਆ, ਉਹ ਤਾਂ ਕਹਿੰਦੀ ਸਾਫ਼ ਕਰੀ, ਕਹਿੰਦੀ ਮੈਂ ਐਕਸ਼ਨ ਦਾ ਰਿਐਕਸ਼ਨ ਦਿੱਤਾ। ਦੇਖੋ ਜੀ, ਤੁਸੀਂ ਇਹ ਗੱਲ ਕਹਿ ਰਹੇ ਹਾਂ ਵੀ ਸਾਨੂੰ ਸਾਫ਼ ਉਹਦੇ ਉੱਤੇ ਜਾਣਾ ਚਾਹੀਦਾ ਸੀ। ਮੈਂ ਬਕਾਇਦਾ, ਦੇਖੋ ਮੈਂ ਜਗਰਾਉਂ ਤੋਂ ਮੈਨੂੰ ਬਕਾਇਦਾ ਫੋਨ ਕਰ ਰਿਹਾ। ਠੀਕ ਆ, ਮੈਂ ਸਾਮੀ ਉਹਨੂੰ ਫੋਨ ਕੀਤਾ, ਉਹ ਕਹਿੰਦੀ ਮੈਂ ਇੰਟਰਵਿਊ ਦੇ ਰਹੀ ਹਾਂ, ਮੈਨੂੰ ਦੂਜੇ ਤੋਂ ਪਤਾ ਲੱਗਿਆ ਵੀ ਆਪਾਂ 10 ਵਜੇ ਥਾਣੇ ਜਾਣਾ। ਠੀਕ ਆ ਜੀ, ਸਾਨੂੰ ਰਾਤ ਪਤਾ ਲੱਗਿਆ ਵੀ ਰਾਤ ਪਰਚਾ ਹੋ ਗਿਆ ਸੀ, ਅੱਜ 10 ਵਜੇ ਥਾਣੇ ਪਹੁੰਚ ਚੁੱਕੇ ਸੀ, ਸਾਨੂੰ 10 ਵਜੇ ਟਾਈਮ ਦਿੱਤਾ ਸੀ ਉੱਥੇ, ਕਿਉਂਕਿ ਅਸੀਂ ਉਹਨਾਂ ਨੂੰ ਪਤਾ ਸੀ ਵੀ ਸਿਮਰ ਵੀ ਉੱਥੇ ਆਊਗੀ, ਚੱਲ ਵੀ ਅਸੀਂ ਉਹਦੇ ਨਾਲ ਗੱਲਬਾਤ ਕਰਾਂਗੇ ਵੀ ਕੀ ਹੋਇਆ। ਠੀਕ ਆ, ਦੇਖੋ ਸਾਡਾ ਤਾਂ ਫਰਜ਼ ਆ ਜੀ ਗੱਲ ਸਮਝਾਉਣਾ। ਠੀਕ ਆ, ਸਾਡੇ ਪਰਿਵਾਰ ਦੀ ਕੁੜੀ ਹੈ, ਜੇ ਸਾਡੇ ਪਰਿਵਾਰ ਦੇ ਵਿੱਚ ਸਾਡੇ ਪਰਿਵਾਰ ਦਾ ਸਾਨੂੰ ਉੱਥੇ ਸਾਥ ਪਤਾ ਹੁੰਦਾ ਨਾ ਵੀ ਔਰਗਨਾਈਜ਼ਰ ਠੀਕ ਆ ਸਹੀ ਸੀਗੀ ਇਹ ਕੁੜੀ, ਤਾਂ ਅਸੀਂ ਬਕਾਇਦਾ ਕੋਲੇ ਖੜ ਕੇ ਪਰਚਾ ਕਰਾਉਂਦੇ। ਠੀਕ ਹੈ ਜੀ, ਤੁਹਾਡੇ ਬਹੁਤ ਨੇੜੇ ਸੀਗੇ। ਠੀਕ ਹੈ, ਤੁਹਾਨੂੰ ਦੀਦੀ, ਹਾਂਜੀ ਦੇਖੋ ਜੀ, ਪ੍ਰਧਾਨਗੀ ਵਾਲੀ ਆਪ ਪ੍ਰਧਾਨ ਨੇ ਸੁਖਸ਼ੇਰਪੁਰ, ਪੰਜਾਬ ਪ੍ਰਧਾਨ ਇਹ ਲਾਡੀ ਵੀਰ ਜੀ ਨੇ, ਸਰਪ੍ਰਸਤ ਇਹ ਦਾਨਵ ਜੀ ਨੇ, ਦਾਨਵ ਜੀ ਨੂੰ ਜਾਣ ਵਿਜੇ ਦਾਨਵ ਜੀ ਵੀ ਹਾਜ਼ਰ ਸੀ। ਅਸੀਂ ਬਕਾਇਦਾ ਮੈਂ ਪ੍ਰਧਾਨ ਬਣਾਈ ਹੈ ਜੀ, ਮੈਂ ਪੰਜਾਬ ਐਸੋਸੀਏਸ਼ਨ ਦਾ ਪ੍ਰਧਾਨ ਹਾਂ, ਸਰਪ੍ਰਸਤ ਵਿਜੇ ਦਾਨਵ ਜੀ, ਸਰਪ੍ਰਸਤ ਨਹੀਂ ਸਾਡੇ ਪੰਜਾਬ ਦੇ ਦਾਨਵ ਸਾਹਿਬ। ਠੀਕ ਹੈ ਜੀ, ਉਹ ਮੌਜੂਦ ਸੀਗੇ, ਉਹ 2 ਸਾਲ ਤੁਸੀਂ ਪ੍ਰਧਾਨਗੀ ਕਰ ਰਹੇ ਹੋ, ਕਹਿ ਲਓ ਜੀ ਸਾਲ ਤੋਂ ਉੱਪਰ ਹੋ ਗਿਆ ਜੀ, ਆਹ ਦੇਖੋ ਤੁਹਾਡੇ ਸਾਹਮਣੇ। ਠੀਕ ਹੈ ਜੀ, ਪਰ ਤੁਹਾਡੇ ਬਹੁਤ ਜ਼ਿਆਦਾ ਨੇੜੇ ਸਨ, ਮੈਂ ਪਹਿਲੇ ਵੀ ਕਹਿ ਕੇ ਹਟਿਆ, ਤੁਹਾਨੂੰ ਦੀਦੀ ਕਹਿੰਦੀ ਆ, ਉਹ ਕਹਿੰਦੀ ਮੇਰੇ ਹੱਕ ਦੇ ਵੇ ਸੀ ਵੀ ਅਚਾਨਕ, ਕਹਿੰਦੀ ਪਤਾ ਨਹੀਂ ਕੀ ਹੋ ਗਿਆ, ਕਿੰਨੇ ਪੈਸੇ ਲਏ ਇਹਨਾਂ ਨੇ ਉਹਨਾਂ ਤੋਂ ਜਾਂ ਕਿੰਨੇ ਪੈਸੇ ਦਿੱਤੇ ਆ, ਇਹ ਸਾਰੀ ਕਹਿੰਦੀ ਪੈਸਿਆਂ ਦੀ ਗੇਮ ਹੈ, ਪਰ ਮੈਂ ਪੈਸੇ ਨਹੀਂ ਲੈਣੇ। ਹਾਂ ਜੇ ਉਹ ਸ਼ਖਸ ਆ ਕੇ ਮਾਫ਼ੀ ਮੰਗ ਲਵੇ ਤਾਂ ਮੈਂ ਜ਼ਰੂਰ ਮਾਫ਼ ਕਰ ਸਕਦੀ ਹਾਂ, ਪਰ ਜੇ ਕਹਿਣ ਵੀ ਡਰਾ ਲੈਣਗੇ, ਧਮਕਾ ਲੈਣਗੇ ਤਾਂ ਮੈਂ ਡਰਨ ਵਾਲਿਆਂ 'ਚੋਂ ਨਹੀਂ। ਸਰ ਇਹ ਗੱਲ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏਗਾ, ਜਿਹੜੇ ਪੈਲਸ 'ਚ ਫੰਕਸ਼ਨ ਸੀ, ਕੈਮਰਾ ਸੀਗੇ, ਉਹਦੀ ਰਿਕਾਰਡਿੰਗ ਕਢਾਓ, ਸੀਸੀਟੀਵੀ ਫੁਟੇਜ ਕਢਾਓ। ਉਹਨੇ ਵੀ ਅੱਜ ਇੰਟਰਵਿਊ ਦੇ ਵਿੱਚ ਕਹੀ ਹੈ ਕਿ ਉਹਦੀ ਜਿਹੜੀ ਪੂਰੀ ਸੀਸੀਟੀਵੀ ਫੁਟੇਜ ਹੈ ਉਹ ਕਢਾਣੀ ਚਾਹੀਦੀ ਹੈ ਤਾਂ ਜੋ ਪਤਾ ਲੱਗ ਜਾਵੇ ਵੀ ਸੱਚਾਈ ਹੈ ਕੀ ਹੈ। ਬਿਲਕੁਲ ਜੀ, ਬਿਲਕੁਲ ਕਲੀਅਰ ਪਤਾ ਲੱਗ ਜਾਏਗਾ, ਸਾਨੂੰ ਬੋਲਣ ਦੀ ਕੁਝ ਲੋੜ ਨਹੀਂ ਹੈਗੀ। ਇੱਕ ਗੱਲ ਕਹੀ ਹੈ ਨਾ ਵੀ ਇਹਨਾਂ ਨੇ ਪੈਸੇ ਲੈ ਲਏ, ਸਾਨੂੰ ਤਾਂ ਉਹ ਮੁੰਡੇ ਪਰਿਵਾਰ ਉਹ ਮਿਲਿਆ ਤੱਕ ਨਹੀਂਗਾ। ਠੀਕ ਹੈ ਜੀ, ਅਸੀਂ ਤਾਂ ਉੱਥੇ ਪਹੁੰਚੇ ਸੀ ਕਿਉਂਕਿ ਸਾਡੇ ਔਰਗਨਾਈਜ਼ਰਾਂ ਨੂੰ ਬੜਾ ਗਲਤ ਬੋਲਿਆ ਜਾ ਰਿਹਾ ਸੀ, ਸਾਡੇ ਹੀ ਪਰਿਵਾਰ ਦੀ ਕੁੜੀ ਸਾਡੇ ਹੀ ਔਰਗਨਾਈਜ਼ਰਾਂ ਨੂੰ ਕੱਲ ਲੜਾਈ ਤਾਂ ਉਸ ਮੁੰਡੇ ਨਾਲ ਹੋਈ ਹੈ ਨਾ, ਅਤੇ ਸਾਡੇ ਹੀ ਔਰਗਨਾਈਜ਼ਰਾਂ ਨੂੰ ਗਲਤ ਬੋਲ ਰਹੀ ਆ ਉਹਨੂੰ। ਜਦੋਂ ਕੁੜੀਆਂ ਲੈ ਕੇ ਜਾਂਦੇ ਹੋ ਕੋਈ ਪ੍ਰੋਟੋਕੋਲ ਹੁੰਦਾ ਉਹਨਾਂ ਦੀ ਸੇਫਟੀ ਨੂੰ ਲੈ ਕੇ ਵੀ ਕੀ ਕੁਛ ਧਿਆਨ ਰੱਖਣਾ? ਬਿਲਕੁਲ ਜੀ, ਅਸੀਂ ਸੇਫਟੀ ਰੱਖਦੇ ਹਾਂ ਕੋਈ ਵੀ ਕੁੜੀ ਜਾਂਦੀ ਆ, ਕਿਉਂਕਿ ਉਹ ਪਰਿਵਾਰ ਦੇ ਵਿੱਚੋਂ ਆਪਣਾ ਪਰਿਵਾਰ ਛੱਡ ਕੇ ਸਾਨੂੰ ਇੱਕ ਪਰਿਵਾਰ ਸਮਝ ਕੇ ਆਉਂਦੀ ਆ। ਠੀਕ ਹੈ ਜੀ, ਅਸੀਂ ਬਿਲਕੁਲ ਸੇਫਟੀ ਰੱਖਦੇ ਹਾਂ ਐਂਡ ਤੱਕ, ਜਿੰਨਾ ਟਾਈਮ ਕੁੜੀ ਘਰ ਨਹੀਂ ਜਾਂਦੀ ਸਾਨੂੰ ਪਤਾ। ਠੀਕ ਹੈ ਜੀ, ਅਸੀਂ ਸੇਫਟੀ ਰੱਖਦੇ ਹਾਂ, ਬਕਾਇਦਾ ਡਰਾਈਵਰ ਨਾਲ ਆਉਂਦੇ ਆ। ਠੀਕ ਹੈ ਜੀ, ਹੈਲਪਰ ਆਉਂਦੇ ਆ, ਇਹ ਕਹਿ ਰਹੀ ਹੈ ਨਾ ਵੀ ਹੈਲਪ ਜੋ ਹੈਲਪਰਾਂ ਨੂੰ ਕੋਈ ਆਪਣੇ ਰੇਂਜਰ ਪੈਸੇ ਨਹੀਂ ਹੈ ਨਾ ਆਪ ਲੈ ਕੇ ਜਾਈਦਾ, ਕੋਈ ਵੀ ਔਰਗਨਾਈਜ਼ਰ ਨੂੰ ਪੁੱਛ ਲਓ ਜੀ ਹੈਲਪਰਾਂ ਦੇ ਪੈਸੇ ਰੇਂਜਰ ਦੇ ਕੇ ਤੋਰਦਾ। ਠੀਕ ਹੈ ਜੀ, ਗੱਡੀਆਂ ਦੇ ਪੈਸੇ ਔਰਗਨਾਈਜ਼ਰ ਦੇ ਕੇ ਤੋਰਦਾ। ਠੀਕ ਹੈ ਜੀ, ਇਹਨਾਂ ਨੇ ਕਦੇ ਪੁੱਛਿਆ ਵੀ ਔਰਗਨਾਈਜ਼ਰ ਨੂੰ ਕੁਛ ਬਚਦਾ ਨਹੀਂ ਬਚਦਾ? ਇਹ ਤਾਂ ਮੀਡੀਆ ਦੇ ਅੱਗੇ ਆ ਕੇ ਰੇਂਜਰਾਂ ਨੂੰ ਗਲਤ ਬੋਲਣ ਲੱਗ ਗਏ ਵੀ ਰੇਂਜਰ। ਹਾਂਜੀ, ਔਰਗਨਾਈਜ਼ਰ ਵਾਕਿਆ ਸਿਮਰ ਨੇ ਅੱਜ ਹੋਰ ਦੱਸਿਆ, ਕਹਿੰਦੀ ਅਸੀਂ ਰਾਜਸਥਾਨ, ਸ਼ਾਇਦ ਰਾਜਸਥਾਨ ਗਿਆ, ਕਹਿੰਦੀ ਸ਼ੋਅ ਲਾ ਕੇ ਆ ਰਹੇ ਸੀਗੇ, 2 ਗੱਡੀਆਂ ਸੀਗੀਆਂ,
ਅੱਗੇ ਜਿਹੜੇ ਔਰਗਨਾਈਜ਼ਰ ਸੀਗੇ ਉਹਨਾਂ ਦੀ ਗੱਡੀ ਸੀ, ਪਿੱਛੇ ਸਾਡੀ ਗੱਡੀ ਦਾ ਕਹਿੰਦੀ ਐਕਸੀਡੈਂਟ ਹੋ ਗਿਆ। ਚਲੋ ਕਹਿੰਦੀ ਸਾਡਾ ਬਚਾਅ ਹੋ ਗਿਆ, ਸਾਡੇ ਸੱਟੇ ਲੱਗ, ਗੱਡੀ ਪੂਰੀ ਡੈਮੇਜ ਹੋ ਗਈ। ਅੱਗੇ ਅਸੀਂ ਜਿਹੜੇ ਔਰਗਨਾਈਜ਼ਰ ਨੂੰ ਫੋਨ ਕੀਤਾ, ਉਹਨਾਂ ਦੇ ਫੋਨ ਤੱਕ ਬੰਦ ਆਏ, ਨਾ ਉਹਨੂੰ ਸਾਡਾ ਹਾਲ ਚਾਲ ਪੁੱਛਿਆ ਉਹਨਾਂ ਨੇ। ਇਹ ਔਰਗਨਾਈਜ਼ਰ ਨਾਮ ਮੈਂਸ਼ਨ ਕਰੇ, ਕਿਹੜਾ ਔਰਗਨਾਈਜ਼ਰ ਹੈ, ਨਾਮ ਦੱਸੋ ਕਿਹੜਾ ਔਰਗਨਾਈਜ਼ਰ ਹੈ। ਉਹਦੇ ਵਿੱਚ ਕੀ ਹੋਇਆ ਸੀ, ਐਕਸੀਡੈਂਟ ਸੀ ਉਦੋਂ, ਸਿਮਰਨ ਮੇਰੇ ਕੋਲ ਕੰਮ ਕਰਦੀ ਸੀ, ਐਕਚੁਅਲ ਜੋ ਫਰੈਂਡਸ ਡੀਜੇ ਵਾਲਿਆਂ ਦਾ ਸ਼ੋਅ ਸੀ। ਮੈਂ ਇਹਨਾਂ ਦੇ ਨਾਲ ਤਕਰੀਬਨ ਉਸ ਰਾਤ ਸਵੇਰੇ 4 ਵਜੇ ਤੱਕ ਗੱਲ ਕਰਦਾ ਰਿਹਾ। ਹੁਣ ਫਰੈਂਡਸ ਡੀਜੇ ਵਾਲਿਆਂ ਦੇ ਨਾਲ ਗੱਡੀ ਨਾਲ ਐਕਸੀਡੈਂਟ ਹੋਇਆ, ਹੁਣ ਮੈਂ ਗੰਗਾਨਗਰ ਤਾਂ ਹੈ ਨਹੀਂ, ਮੈਂ ਲੁਧਿਆਣੇ ਤੋਂ ਵੀ ਜਿਹੜਾ ਉੱਥੇ ਪਹੁੰਚ ਜਾਵਾਂਗਾ, ਮੈਂ ਤਾਂ ਫੋਨ 'ਤੇ ਹਾਲ ਚਾਲ ਪੁੱਛ ਸਕਦਾ। ਨਾਲ ਜਿਹੜੇ ਸਾਥੀ ਨੇ ਫਰੈਂਡਸ ਡੀਜੇ ਵਾਲੇ ਸੀ, ਉਹਨਾਂ ਨੂੰ ਮੈਂ ਕਹਿ ਸਕਦਾ ਸੀ ਨਾ ਵੀ ਭਾਈ ਇਹਨਾਂ ਦਾ ਧਿਆਨ ਰੱਖੋ ਮਾੜਾ ਜਿਹਾ। ਉਹ ਬਕਾਇਦਾ ਇਹਨਾਂ ਦੇ ਨਾਲ ਆਏ ਨੇ ਲੁਧਿਆਣੇ ਤੱਕ, ਇਹਨਾਂ ਦੇ ਨਾਲ ਬਕਾਇਦਾ ਆਏ ਲੁਧਿਆਣੇ ਤੋਂ ਜਾਂ ਇੱਥੋਂ ਜਗਰਾਓਂ ਜਰੂਰ ਤੋਂ ਸ਼ਹਿਰ ਉਹ ਨਕੋਦਰ ਨੂੰ ਹੋਇਆ। ਇਹ ਗੱਲ ਬਿਲਕੁਲ ਗਲਤ ਆ ਵੀ ਫੋਨ ਬੰਦ ਆ, ਫੋਨ ਉਹ ਔਰਗਨਾਈਜ਼ਰ ਦਾ ਬੰਦ ਹੋ ਸਕਦਾ, ਬਟ ਉਸ ਟਾਈਮ ਸਿਮਰ ਮੇਰੇ ਕੋਲ ਕੰਮ ਕਰਦੀ ਸੀ, ਠੀਕ ਹੈ। ਅਤੇ ਪਰ ਮੈਂ ਇਹਨਾਂ ਦੇ ਨਾਲ ਸਵੇਰੇ 4:30 ਵਜੇ ਤੱਕ ਲਾਈਨ 'ਤੇ ਰਿਹਾ। ਕਹਿੰਦੇ ਔਰਗਨਾਈਜ਼ਰ ਜਿੰਨੇ ਵੀ ਨੇ ਨਾ, ਵੀ ਸਾਰਿਆਂ ਨੂੰ ਸਿਰਫ ਪੈਸੇ ਕਮਾਉਣ ਤੱਕ ਮਤਲਬ ਹੈ, ਸਾਡੇ ਸਿਰਫ ਪੈਸੇ ਕਮਾ ਕੇ ਅਤੇ ਸਾਨੂੰ ਨਹੀਂ ਬਾਅਦ 'ਚ ਪੁੱਛ ਗਿੱਛ ਕਰਦੇ, ਸਾਡੇ ਹੀ ਧਿਆਨ ਨਹੀਂ ਰੱਖਦੇ। ਨਹੀਂ, ਚਲੋ ਉਹਦੀ ਪਰਸਨਲ ਸੋਚ ਹੋ ਸਕਦੀ ਹੈ, ਦੇਖੋ ਹਰ ਬੰਦਾ ਕਮਾਈ ਵਾਸਤੇ ਜਾਂਦਾ ਜੀ, ਉਹ ਵੀ ਸਟੇਜ ਦੇ ਉੱਤੇ ਕੰਮ ਕਰ ਰਹੀ ਅਤੇ ਉਹ ਵੀ ਆਪਣੇ ਘਰੋਂ ਕਮਾਉਣੀ ਜਾਂਦੀ ਹੈ, ਠੀਕ ਹੈ। ਹਰ ਬੰਦੇ ਦਾ ਜ਼ਰੀਆ, ਕੋਈ ਆਰਟਿਸਟ ਭੇਜ ਕੇ ਕੰਮ ਕਰਦਾ, ਕੁਛ ਕੁੜੀਆਂ ਆਪਣਾ ਪਰਫੋਰਮ ਕਰਕੇ ਕਰਦੀਆਂ, ਔਰਗਨਾਈਜ਼ਰ ਪ੍ਰੋਗਰਾਮ ਫੜ ਕੇ ਕਮਾਉਂਦਾ, ਸਾਰੇ ਕਮਾਉਂਦੇ ਨੇ। ਇਹ ਕੋਈ ਇਹ ਗੱਲਾਂ ਦੀ ਇਹ ਆਪਣੀ ਸੋਚ ਆ। ਬਿਲਕੁਲ ਜੀ, ਇੱਕ ਚੈਨ ਦੀ ਤਰ੍ਹਾਂ ਕੰਮ ਕਰਦੇ ਹਾਂ ਅਸੀਂ, ਇੱਕ ਪਰਿਵਾਰ ਦੀ ਤਰ੍ਹਾਂ ਕੰਮ ਕਰਦੇ ਹਾਂ। ਔਰਗਨਾਈਜ਼ਰ ਕੰਮ ਫੜਦਾ, ਫਿਰ ਹੀ ਅੱਗੇ ਜਾ ਕੇ ਕੰਮ ਦਿੰਦਾ, ਫਿਰ ਹੀ ਪੇਮੈਂਟਾਂ ਦਿੰਦਾ ਨਾ, ਫਿਰ ਹੀ ਇਹ ਇੱਕ ਪਰਿਵਾਰ ਦੀ ਤਰ੍ਹਾਂ ਕੰਮ ਕਰਦੇ ਹਾਂ ਅਸੀਂ। ਇਹ ਨਹੀਂ ਹੈਗਾ ਵੀ ਔਰਗਨਾਈਜ਼ਰ ਇੱਕ ਪੈਸੇ ਕਮਾਉਣ ਨੂੰ ਵੀ ਪੈਸੇ ਕਮਾ ਲਏ, ਹੈ ਨਾ, ਕੋਈ ਗਲਤ ਗੱਲ ਆ। ਭਾਈ ਨੇ ਤੁਹਾਨੂੰ ਇਹ ਗੱਲ ਦੱਸ ਦਿੱਤੀ ਆ ਵੀ ਇੱਕ ਜਿਹੜਾ ਉਹਨੇ ਕਿਹਾ ਵੀ ਮੈਂ ਰਾਜਸਥਾਨ ਐਕਸੀਡੈਂਟ ਹੋਇਆ, ਭਾਜੀ ਕੋਲ ਕੰਮ ਕਰਦੀ ਸੀ, ਠੀਕ ਆ, 4 ਸਾਲ ਕੰਮ ਕੀਤਾ, ਇਹਨਾਂ ਦੀ ਸੇਫਟੀ ਬਣਦੀ ਹੈ ਨਾ। ਇਹਨਾਂ ਨੇ ਉਸ ਟਾਈਮ ਉਹਨਾਂ ਨੂੰ ਫੈਨੈਟ ਜੀ ਵਾਲੇ ਮੁੰਡਿਆਂ ਨੂੰ ਫੋਨ ਕਰਕੇ ਜਿੰਨਾ ਟਾਈਮ ਇਹ ਘਰ ਨਹੀਂ ਆਈ, ਅਤੇ ਦੇਖੋ ਉਹਨਾਂ ਨੇ ਤਾਂ ਆਪਦੀ ਜ਼ਿੰਮੇਵਾਰੀ ਸਮਝੀ ਹੈ। ਬਿਲਕੁਲ ਗਲਤ ਜਿਹੜਾ ਵੀ ਉਹ ਇਲਜ਼ਾਮ ਲਾਉਣਾ ਲਾ ਸਕਦੇ ਹੈ ਨਾ, ਔਰਗਨਾਈਜ਼ਰਾਂ 'ਤੇ ਬੜੇ ਇਲਜ਼ਾਮ ਲਾਤੇ ਜੀ ਇਹਨਾਂ। ਅਲੀਸ਼ਾ, ਤੁਸੀਂ ਕਿਹਾ ਡਿਪਰੈਸ਼ਨ ਦੇ ਵਿੱਚ ਸੀ, ਡਿਪਰੈਸ਼ਨ ਦੇ ਵਿੱਚ ਕਿਉਂ ਸੀਗੀ ਉਹ? ਜਿਹੜਾ ਉਹਦਾ ਮੈਨੇਜਰ ਹੈ ਜੀ, ਜਿਹਨੂੰ ਉਹ ਮੈਨੇਜਰ ਕਰਕੇ ਸ਼ੋਅ ਕਰ ਰਹੀ ਹੈ ਕੈਮਰੇ ਦੇ ਮੂਹਰੇ, ਅਤੇ ਉਹਦਾ ਬੋਏਫ੍ਰੈਂਡ ਹੈ ਜੀ, ਉਹਦੇ ਬੋਏਫ੍ਰੈਂਡ ਨੇ ਕਿਤੇ ਹੋਰ ਮੈਰਿਜ ਕਰਾ ਲਈ, ਦੈਟਸ ਵਾਈ ਉਹ ਡਿਪਰੈਸ਼ਨ ਚੱਲ ਗਈ। ਤਾਂ ਮੈਂ ਉਹਨੂੰ ਕਿਹਾ ਸੀ ਤੇਰੇ ਉੱਤੇ ਨਜ਼ਰਾਂ ਵਿੱਚ ਬਹੁਤ ਦੀਆਂ ਨੇ, ਧਿਆਨ ਰੱਖੀ, ਕਿਉਂਕਿ ਮੈਨੂੰ ਪਤਾ ਲੱਗ ਗਿਆ ਸੀ ਉਹਦੇ ਬੋਏਫ੍ਰੈਂਡ ਦਾ ਕਿਤੇ ਹੋਰ ਵਿਆਹ ਹੋ ਗਿਆ। ਪਰ ਇਹ ਤਾਂ ਇਲਜ਼ਾਮ ਕੋਈ ਵੀ ਲਾ ਸਕਦਾ। ਸੌਰੀ, ਇਹ ਤਾਂ ਇਲਜ਼ਾਮ ਤਾਂ ਕੋਈ ਵੀ ਲਾ ਸਕਦਾ। ਮੈਂ ਪ੍ਰੂਫ ਕਰ ਸਕਦੀ ਹਾਂ, ਮੈਂ ਪ੍ਰੂਫ ਕਰ ਸਕਦੀ ਹਾਂ। ਇੰਗੇਜਮੈਂਟ ਵਾਲੀ ਵੀਡੀਓਜ਼ ਦਿਓ। ਸਾਰੇ ਪ੍ਰੂਫ ਦੇਵਾਂਗੇ ਯਾਰ, ਪ੍ਰੂਫ ਦੇ ਬਗੈਰ ਹੈ ਨਾ ਕੋਈ ਗੱਲ। ਦੇਖੋ ਸਾਡੇ ਪਰਿਵਾਰ ਦੀ ਕੁੜੀ ਆ, ਉਹਨੇ ਹੁਣ ਜੋ ਇਲਜ਼ਾਮ ਲਾਏ ਆ ਸਾਡੇ 'ਤੇ, ਅਸੀਂ ਥਾਣੇ ਗਏ ਸੀ, ਇਹ ਥਾਣੇ ਆਉਂਦੀ ਸਾਡੇ ਨਾਲ ਗੱਲ ਕਰਦੀ, ਹੈ ਨਾ, ਗੱਲ ਕਰਦੀ। ਦੇਖੋ ਸਾਡਾ ਵੀ ਫਰਜ਼ ਆ, ਅਸੀਂ ਇਸ ਮਸਲੇ ਨੂੰ ਨਿਬੇੜਦੇ ਜੀ, ਕਿਉਂਕਿ ਪਰਿਵਾਰ ਗਿਆ ਸੀ ਇੱਕ ਆਉਂਦੀ, ਇਹ ਵਾਪਸ ਕਿਉਂ ਆ ਗਈ ਉੱਥੋਂ? ਇਹਨੇ ਘਰ ਦੇ ਵਿੱਚ ਆਉਣ ਸਾਰ ਜੋ ਅਸੀਂ ਇੰਟਰਵਿਊ ਦਿੱਤੀ, ਇਹਨੇ ਇਲਜ਼ਾਮ ਲਾਉਣੇ ਸ਼ੁਰੂ ਕਰਤੇ ਜੀ। ਅਲੀਸਾ 'ਤੇ ਲਾਤਾ, ਔਰਗਨਾਈਜ਼ਰਾਂ 'ਤੇ ਲਾਤਾ, ਪ੍ਰਧਾਨਾਂ 'ਤੇ ਲਾਤਾ, ਇਹਦਾ ਮਤਲਬ ਇਹ ਥੋੜ੍ਹੀ ਵੀ ਹਰ ਇੱਕ ਬੰਦੇ ਨੂੰ ਗਲਤ ਕਰ ਦੋਗੇ। ਦਿਓ ਜੀ ਸਬੂਤ। ਆ ਜੀ, ਮੈਨੇਜਰ ਇਹਦਾ ਅਮਨ ਜੀ, ਇਹਦੇ ਸਾਲ ਪਹਿਲੇ ਇੰਗੇਜਮੈਂਟ ਹੋਈ ਸੀਗੀ। ਆ ਲਾਡੀ ਵੀਰ ਜੀ ਨੇ, ਆ ਜਾਓ, ਆ ਦੇਖੋ, ਇਨਵਾਈਟ ਸੀਗੇ। ਆ ਸਿਮਰਨ ਹੈ, ਇਹ ਅਮਨ ਹੈ, ਠੀਕ ਹੈ ਜੀ। ਜੀ ਬਿਲਕੁਲ, ਸਾਲ 1.5 ਸਾਲ ਹੋ ਗਿਆ, ਅਤੇ ਆ ਡਾਂਸ ਕਰ ਰਹੇ ਆ ਜੀ, ਕਪਲ ਡਾਂਸ ਕਰ ਰਹੇ ਆ। ਹੁਣ ਮੈਂ ਤੁਹਾਨੂੰ ਮੈਰਿਜ ਦਾ ਪ੍ਰੂਫ ਦਿੰਦੀ ਹਾਂ, ਇਹਦੀ ਕਿਤੇ ਹੋਰ ਮੈਰਿਜ ਹੋ ਗਈ ਹੈ ਜੀ। ਇਹ ਅਮਨ ਹੈ, ਔਰ ਮੈਂ ਇਹਦੀ ਦੂਸਰੀ ਪਿਕਚਰ ਵੀ ਦਿਖਾਉਂਦੀ ਹਾਂ ਤੁਹਾਨੂੰ, ਔਰ ਸਿਮਰਨ ਨੇ ਖੁਦ ਸਕਰੀਨਸ਼ਾਟ ਲਿੱਤਾ ਹੈ, ਕੰਗ੍ਰੈਚੁਲੇਸ਼ਨਸ ਅਮਨ ਲਿਖਿਆ ਵਾ। ਸਕਰੀਨਸ਼ਾਟ ਸਿਮਰਨ ਨੇ ਤੁਹਾਨੂੰ ਭੇਜਿਆ ਵਾ? ਮੈਂ ਲਿੱਤਾ ਹੈ ਜੀ ਸਕਰੀਨਸ਼ਾਟ, ਉਹਦੇ ਸਟੇਟਸ ਅਪਲੋਡ ਕੀਤਾ ਸੀ, ਠੀਕ ਹੈ ਜੀ। ਇਹ ਕਿੰਨੀ ਦੇਰ ਪਹਿਲੇ ਦੀ ਫੋਟੋ ਹੈ?
9 ਮਾਰਚ ਤੋਂ ਪਹਿਲੇ ਦੀ ਹੈ, ਤਾਂ ਹੀ ਮੈਂ ਉਹਨੂੰ ਕਿਹਾ ਸੀ ਤੇਰੇ 'ਤੇ ਨਜ਼ਰਾਂ ਬਹੁਤ ਨੇ ਪੁੱਤ, ਥੋੜ੍ਹਾ ਸੰਭਲ ਜਾ। 9 ਮਾਰਚ ਤੋਂ ਪਹਿਲੇ ਉਹਨੇ ਸਟੇਟਸ ਅਪਲੋਡ ਕੀਤੇ ਸੀ। ਪਰ ਸਕਰੀਨਸ਼ੋਟ ਤੁਸੀਂ ਵੀ ਲਿਆ ਕਿ ਤੁਹਾਡੀ ਵੀ ਨਜ਼ਰ ਸੀਗੀ ਸਿਮਰ 'ਤੇ? ਮੈਂ ਸਟੇਟਸ ਜੇ ਮੇਰੇ ਉਹਦੇ ਐਜ਼ ਅ ਸਿਸਟਰ ਨਾਲ ਚੱਲਦੀ ਸੀ ਮੈਂ ਉਹਦੇ ਨਾਲ, ਅਤੇ ਮੈਂ ਧਿਆਨ ਰੱਖਣਾ ਹੀ ਸੀਗਾ। ਮੈਂ ਉਹਨੂੰ ਇਹ ਵੀ ਤਾਂ ਹੀ ਤਾਂ ਬੋਲਿਆ ਕਿ ਨਜ਼ਰ ਬਚ ਕੇ ਰਹਿ, ਤੇਰੇ 'ਤੇ ਨਜ਼ਰਾਂ ਬਹੁਤ ਨੇ। ਸਕਰੀਨਸ਼ੋਟ ਲੈ ਕੇ ਰੱਖਣਾ, ਉਦੋਂ ਹੀ ਉਹਨੂੰ ਸਮਝਾਉਂਦੇ। ਸਕਰੀਨਸ਼ੋਟ ਕਿਉਂ ਨਾ ਲਵਾਂ ਜੀ, ਮੈਂ ਬਹੁਤ ਜਣਾਂ ਦੀ ਸਕਰੀਨਸ਼ੋਟ ਲੈਂਦੀ ਹਾਂ ਜਿਹੜੇ ਮੈਨੂੰ ਲੱਗਦਾ ਕਿ ਇਹ ਕੀ ਹੋ ਗਿਆ। ਇੱਕ ਬੰਦੇ ਦਾ ਸ਼ੌਕ ਹੋ ਜਾਂਦਾ ਕਿ ਇੰਨੇ ਸਾਲਾਂ ਤੋਂ ਇਹ ਰਿਲੇਸ਼ਨ 'ਚ ਰਹਿ ਰਹੇ ਆ, ਇੱਕਦਮ ਇਹਨੇ ਕਿਤੇ ਹੋਰ ਵਿਆਹ ਕਿੱਦਾਂ ਕਰਾ ਲਿਆ? ਕਨਫਰਮ ਕਰਨ ਵਾਸਤੇ ਸਕਰੀਨਸ਼ਾਟ ਲੈਣਾ ਪੈਂਦਾ, ਫਿਰ ਮੈਨੂੰ ਸੈਂਡ ਕੀਤਾ ਵਾਪਸ ਤੇ ਇਹਨੇ ਕਿਹਾ ਹਾਂ ਦੀਦੀ ਹੋ ਗਿਆ। ਤਾਂ ਹੁਣ ਕੀ ਚਾਹੁੰਦੇ ਤੁਸੀਂ, ਮਾਮਲੇ ਨੂੰ ਵਧਾਇਆ ਜਾਵੇ ਜਾਂ ਫਿਰ ਖਤਮ ਕੀਤਾ ਜਾਵੇ? ਅਸੀਂ ਤਾਂ ਕਹਿੰਦੇ ਹਾਂ ਜੀ ਖਤਮ ਕਰਨ ਤੇ ਉਹਦੇ ਤਾਂ, ਪਰ ਅਗਰ ਇਹ ਚਾਹੁੰਦੀ ਖਤਮ ਕਰਨਾ ਤੇ ਜੀ ਇੰਨਾ ਇਸ਼ੂ ਇਹ ਨਾ ਵਧਾਉਂਦੀ। ਫਿਰ ਇਹਨੇ ਕਿਹਾ ਸਾਡੀ ਆਰਗਨਾਈਜ਼ਰ ਸਾਡੀ ਸੇਫਟੀ ਨਹੀਂ ਕਰਦੇ। ਸਰ ਅਗਰ ਪਰਸੋਂ ਇੰਨੇ ਬੰਦਿਆਂ 'ਚੋਂ ਨਿਕਲ ਕੇ ਆਈ ਹੈ, ਗਲਾਸ ਵੀ ਮਾਰਿਆ ਉਹਨਾਂ ਨੇ ਜਿੱਦਾਂ ਕਿ ਇਹ ਦੱਸਦੀ ਆ, ਦੇਖ ਵੀ ਰਹੇ ਆਪਾਂ ਸਾਰੇ, ਅਗਰ ਲਾਡੀ ਗਿਲ ਨਾ ਸੇਫਟੀ ਕਰਦਾ ਆਰਗਨਾਈਜ਼ਰ ਤਾਂ ਇਹ ਕਿੱਦਾਂ ਨਿਕਲ ਕੇ ਆ ਸਕਦੀ ਸੀਗੀ? ਤੁਸੀਂ ਵੀ ਕਹਿ ਰਹੇ ਹੋ ਖਤਮ ਕਰਨਾ, ਸਿਮਰ ਵੀ ਕਹਿ ਰਹੀ ਹੈ, ਕਹਿੰਦੀ ਮੇਰੇ ਨਾਲ ਜਿਹਨੇ ਬਦਤਮੀਜ਼ੀ ਕੀਤੀ ਉਹ ਮੇਰੇ ਕੋਲ ਮਾਫ਼ੀ ਮੰਗ ਲਵੇ, ਪੈਸਿਆਂ ਦਾ ਕੋਈ ਮੈਟਰ ਨਹੀਂ ਹੈਗਾ, ਮੈਂ ਹੋ ਸਕਦਾ ਵੀ ਉਹਨੂੰ ਮਾਫ਼ ਕਰਦਾ। ਪਰ ਕਹਿੰਦੀ ਇਹ ਲੱਤ ਦੇ ਵਿੱਚ ਲੱਤ ਕਿਉਂ ਉਡਾ ਰਹੇ ਨੇ, ਨਾ ਕੋਈ ਲੈਣਾ ਨਾ ਕੋਈ ਦੇਣਾ, ਗੱਲ ਮੇਰੇ ਨਾਲ ਹੋਈ ਹੈ, ਪਰਚਾ ਮੈਂ ਦਰਜ ਕਰਾਇਆ, ਪਰਚਾ ਦੂਜੀ ਪਾਰਟੀ ਦਰਜ ਹੋਇਆ, ਉਹ ਤਾਂ ਹਾਲੇ ਤੱਕ ਕੈਮਰੇ ਮੂਹਰੇ ਆਏ ਨਹੀਂ, ਉਹ ਸਾਹਮਣੇ ਆਏ ਨਹੀਂ, ਪਰ ਇਹੀ ਕਿਉਂ ਮੈਨੂੰ ਬਦਨਾਮ ਕਰਨ ਦੇ ਲੱਗੇ? ਆਰਗਨਾਈਜ਼ਰਾਂ ਬਾਰੇ ਨਾ ਬੋਲਦੀ ਸਰ, ਅਸੀਂ ਨਾ ਆਉਂਦੇ, ਹੈ ਨਾ? ਇਹਨਾਂ ਆਰਗਨਾਈਜ਼ਰਾਂ ਨੂੰ ਬੜਾ ਘਟੀਆ ਤੋਂ ਘਟੀਆ ਸ਼ਬਦ ਬੋਲੇ ਆ ਜੀ, ਬਹੁਤ। ਤੁਸੀਂ ਇਹਦੀ ਇੰਟਰਵਿਊ ਚੱਕ ਲਓ ਵੀ ਇਹਨੇ ਆਰਗਨਾਈਜ਼ਰਾਂ ਬਾਰੇ ਕੀ ਕੁਛ ਬੋਲਿਆ। ਮੈਂ ਬਕਾਇਦਾ ਫੋਨ ਕਰਦਾ ਰਿਹਾ, ਪੁੱਤ ਵੀ ਦੱਸ ਸਾਨੂੰ ਕੀ ਗੱਲਬਾਤ ਆ, ਆਪਾਂ ਇਕੱਠੇ ਹੋ ਕੇ ਇਸ ਮੈਟਰ ਨੂੰ ਨਿਬੇੜੀਏ, ਠੀਕ ਆ ਜੀ? ਅੱਜ ਵੀ ਜਾਣ ਦਾ ਕਾਰਨ ਸਾਡਾ ਇਹੀ ਸੀ ਵੀ ਉੱਥੇ ਆਵੇ, ਆਪਾਂ ਇਸ ਮੈਟਰ ਨੂੰ ਨਿਬੇੜੀਏ। ਅਸੀਂ ਨਹੀਂ ਚਾਹੁੰਦੇ ਵੀ ਸਾਡੇ ਪਰਿਵਾਰ ਦੀ ਬਦਨਾਮੀ ਹੋਵੇ। ਸਿਮਰ ਜੀ, ਇਸ ਚੀਜ਼ ਨੂੰ ਆਪਾਂ ਨਿਬੇੜੀਏ, ਸਾਡੀ ਬੇਨਤੀ ਆ ਵੀ ਆਪਾਂ ਇਸ ਚੀਜ਼ ਨੂੰ ਨਿਬੇੜੀਏ, ਕਿਉਂਕਿ ਆਪਾਂ ਪਰਿਵਾਰ ਦੀ ਤਰ੍ਹਾਂ ਅੱਜ ਨਹੀਂ, ਅੱਜ ਰੌਲਾ ਪੈ ਗਿਆ, ਕੱਲ੍ਹ ਨੂੰ ਵੀ ਤੂੰ ਸਾਡੀ ਕੁੜੀਆਂ ਸਾਡੇ ਨਾਲ ਹੀ ਕੰਮ ਕਰਨਾ, ਠੀਕ ਹੈ ਨਾ? ਆਪਾਂ ਇਕੱਠਿਆਂ ਨੇ ਹੀ ਕੰਮ ਕਰਨਾ, ਇੱਕ ਪਰਿਵਾਰ ਦੀ ਤਰ੍ਹਾਂ ਕਰਨਾ, ਕਰਦੇ ਵੀ ਫੈਮਿਲੀ ਦੀ ਤਰ੍ਹਾਂ ਜੀ, ਠੀਕ ਹੈ ਜੀ? ਇੱਕ ਛੋਟੇ ਬੱਚੇ ਤੋਂ ਲੈ ਕੇ, ਠੀਕ ਹੈ, ਤੁਹਾਨੂੰ ਪਤਾ ਡੀਜੇ ਫਿੱਟ ਕਰਨ ਵਾਲੇ ਤੋਂ ਲੈ ਕੇ ਭੰਗੜੇ ਵਾਲਿਆਂ ਤੋਂ ਲੈ ਕੇ ਆਰਗਨਾਈਜ਼ਰ ਨੂੰ ਪਤਾ ਜੀ ਮੈਂ ਕੀ ਕੁਛ ਕਰਨਾ, ਠੀਕ ਹੈ ਜੀ? ਇੱਕ ਪਰਿਵਾਰ ਆ, ਪਰਿਵਾਰ ਦੀ ਤਰ੍ਹਾਂ ਕੰਮ ਕਰਨਾ, ਅਸੀਂ ਚਾਹੁੰਦੇ ਹਾਂ ਵੀ ਇਹ ਮੈਟਰ ਨੂੰ ਨਿਬੇੜਿਆ ਜਾਵੇ। ਬਿਲਕੁਲ, ਇਹ ਸਾਨੂੰ ਆਰਗਨਾਈਜ਼ਰ ਜਿਨ੍ਹਾਂ ਦੇ ਵੱਲੋਂ ਸਿਮਰ ਨੂੰ ਆਰਗਨਾਈਜ਼ ਕੀਤਾ ਜਾਂਦਾ ਸੀ, ਤਾਂ ਪ੍ਰੋਗਰਾਮਾਂ 'ਤੇ ਲੈ ਕੇ ਜਾਇਆ ਜਾਂਦਾ ਸੀ, ਤਾਂ ਸਿਮਰ ਨੇ ਗੰਭੀਰ ਇਲਜ਼ਾਮ ਲਗਾਏ ਸੀ ਇਹਨਾਂ 'ਤੇ ਕਿ ਇਹਨਾਂ ਦੇ ਵੱਲੋਂ ਕੁੜੀਆਂ ਤਾਂ ਲੈ ਜਾਂਦੇ ਨੇ, ਕੁੜੀਆਂ ਦੇ ਸਿਰ ਤੋਂ ਕਮਾਈ ਖਾਂਦੇ ਨੇ, ਪਰ ਉਹੀ ਕੁੜੀਆਂ ਦੀ ਜਿਹੜੀ ਕਿ ਸੇਫਟੀ ਹੈ ਉਹ ਨਹੀਂ ਕਰ ਪਾਉਂਦੇ। ਤਾਂ ਹੁਣ ਉਹ ਵੀ ਕੈਮਰੇ ਸਾਹਮਣੇ ਆਏ ਨੇ, ਤਾਂ ਉਹਨਾਂ ਨੇ ਵੀ ਕਿਹਾ ਕਿ ਸਿਮਰ ਦੇ ਉੱਤੇ ਵੀ ਇਲਜ਼ਾਮ ਲਾਏ ਨੇ, ਹਾਲਾਂਕਿ ਇਲਜ਼ਾਮਾਂ 'ਚ ਕਿੰਨੀ ਕੁ ਸੱਚਾਈ ਹੈ ਉਹ ਸਿਮਰ ਨੇ ਵੀ ਦੱਸਿਆ ਕਿ ਮੈਂ ਉਸ ਦਿਨ ਬਿਲਕੁਲ ਡਰਿੰਕ ਨਹੀਂ ਸੀ ਕੀਤੀ। ਤਾਂ CCTV ਉਹ ਵੀ ਸਿਮਰ ਵੀ ਕਹਿ ਰਹੀ ਹੈ, ਤਾਂ ਇਹ ਲੋਕ ਵੀ ਕਹਿ ਰਹੇ ਨੇ ਕਿ CCTV ਹੈ ਜਿਹੜੀ ਕਿ ਉਹ ਪੈਲਸ ਦੀ ਉਹ ਖੰਗਾਲੀ ਜਾਵੇ, ਤਾਂ ਉਹਦੇ ਵਿੱਚ ਹੀ ਸੱਚ ਅਤੇ ਝੂਠ ਦਾ ਜਿਹੜਾ ਕਿ ਪਤਾ ਲੱਗ ਪਾਏਗਾ। ਕੈਮਰਾ ਪਰਸਨ ਬੋਬੀ ਦੇ ਨਾਲ ਹਿੰਮਤ ਸਿੰਘ ਦਿਗਪਾਲ, ਦੈਨਿਕ ਸਵੇਰਾ, ਲੁਧਿਆਣਾ। देश दुनिया की हर खबर सबसे पहले देखने के लिए फॉलो करें दैनिक सवेरा TV, YouTube, Facebook, Instagram, X और WhatsApp चैनल पर।